ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਹਾਜ਼ਰ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਿਹੜਾ ਕਿ ਮੈਂ ਤੁਹਾਡੇ ਰੂਬਰੂ ਹੁਣਾਂ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਬਹੁਤ ਕੁਝ 24 ਘੰਟੇ ਪਿਛਲੇ 24 ਘੰਟਿਆਂ 'ਚ ਨਵਾਂ ਹੋ ਗਿਆ ਸੇਵਾ ਦੇਸ਼ ਦੀ ਕਰਨੀ ਬਹੁਤ ਔਖੀ ਬੈਠ ਕੇ ਗੱਲਾਂ ਕਰਨੀਆਂ ਸਿਖਾਲੀਆਂ ਨੇ ਸੇਵਾ ਦੇਸ਼ ਦੀ ਕਰਨੀ ਬਹੁਤ ਔਖੀ ਗੱਲਾਂ ਕਰਨੀਆਂ ਢੇਰ ਸਿਖਾਲੀਆਂ ਨੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਵਿੱਚ ਪੈਰ ਧਰਿਆ ਉਹਨਾਂ ਨੇ ਲੱਖ ਮੁਸੀਬਤਾਂ ਝਾਲੀਆਂ ਨੇ ਉਹਨਾਂ ਨੇ ਲੱਖ ਮੁਸੀਬਤਾਂ ਝਾਲੀਆਂ ਨੇ ਦਰਸ਼ਕੋ ਇਹ ਬਹੁਤ ਪੁਰਾਣੀ ਜਿਹੜੀ ਹੈ ਗੱਲ ਹੈ ਪਰ ਇਹ ਨਵੀਂ ਪੋਸਟ ਕੀਤੀ ਹੈ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ 2015 ਦੇ ਵਿੱਚ ਬਰਗਾੜੀ ਅਤੇ ਬੁਰਜਵਾਰ ਸਿੰਘ ਵਾਲਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਕੋਈ ਵੀ ਕਾਰਨ ਰਹੇ ਆਪਾਂ ਪਿਛੋਕੜ 'ਚ ਨਹੀਂ ਜਾਂਦੇ ਆਪਾਂ ਉਸ ਤੋਂ ਅੱਗੇ ਚੱਲਦੇ ਹਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਜਾਂਦੀ ਹੈ ਉੱਦਾਂ ਤਾਂ ਪਹਿਲਾਂ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬੈਠਾ ਫਿਰ ਉਸ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਸਿੱਟ ਬਣਾਈ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਬੜੀ ਹਾਰਡ ਵਰਕ ਕਰਕੇ ਉਹ ਜਿਹੜੀ ਸਿੱਟ ਹੈ ਆਪਦੀ ਰਿਪੋਰਟ ਹਾਈਕੋਰਟ 'ਚ ਮਾਣਯੋਗ ਹਾਈਕੋਰਟ 'ਚ ਪੇਸ਼ ਕਰਦੀ ਹੈ ਤਾਂ ਉੱਥੋਂ ਰੱਦ ਹੋ ਜਾਂਦੀ ਹੈ ਦਰਸ਼ਕੋ ਜਿਹਨੇ ਹਾਰਡ ਵਰਕ ਕੀਤਾ ਥੋੜ੍ਹਾ ਬਹੁਤ ਤਾਂ ਉਹਨੂੰ ਸੈਟਬੈਕ ਲੱਗਦਾ ਹੀ ਹੈ ਇਹਨੂੰ ਸਾਰੇ ਨੂੰ ਦੇਖਦੇ ਹੋਏ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਜੋ ਹੈ ਪਦ ਤੋਂ ਆਪਣੇ ਜੋ ਅਹੁਦੇ ਤੋਂ ਅਸਤੀਫਾ ਦਿੱਤਾ ਹਾਲਾਂਕਿ ਉਹਨਾਂ ਦਾ ਅਸਤੀਫਾ ਹਾਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਮੈਂ ਹੁਣ ਦੇਸ਼ ਦੀ ਸੇਵਾ ਕਰਦਾ ਰਹਾਂਗਾ ਸਮਾਜ ਦੀ ਸੇਵਾ ਕਰਦਾ ਰਹਾਂਗਾ ਪਰ ਐਜ਼ IPS ਆਫਿਸਰ ਨਹੀਂ ਐਜ਼ ਇੱਕ ਰੈਗੂਲਰ ਨਾਗਰਿਕ ਹੋਣ ਦੇ ਨਾਤੇ ਤਾਂ ਉਹ ਕਹਿੰਦੇ ਕਿ ਮੈਂ ਆਪਦੀ ਰਿਪੋਰਟ ਦਾ ਇੱਕ ਇੱਕ ਪੰਨਾ ਇੱਕ ਇੱਕ ਵਰਡ ਉਸ ਚੀਜ਼ ਦਾ ਗਵਾਹ ਹੈ ਕਿ ਕੌਣ ਦੋਸ਼ੀ ਹੈ ਇਹ ਹੁਣ ਮੈਂ ਜੋ ਸਾਰੀ ਰਿਪੋਰਟ ਹੈ ਉਹ ਕਹਿੰਦਾ ਕਿ ਮੈਂ ਆਪਦੇ ਦਿਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਦਾਲਤ ਵਿੱਚ ਰੱਖ ਦਿੱਤੀ ਹੈ ਕਿਉਂਕਿ ਉਹਨਾਂ ਤੋਂ ਬੈਟਰ ਕੋਈ ਵੀ ਅਦਾਲਤ ਨਹੀਂ ਹੈ ਅਤੇ ਮੈਂ ਇੱਦਾਂ ਹੀ ਸਮਾਜ ਸੇਵਾ ਕਰਦਾ ਰਹਾਂਗਾ ਦੇਖੋ ਆਉਣ ਵਾਲੇ ਟਾਈਮ 'ਚ ਕੈਪਟਨ ਸਰਕਾਰ ਜਾਂ ਕੈਪਟਨ ਸਾਹਿਬ ਨੂੰ ਮਨਾਉਣ 'ਚ ਰਾਜ਼ੀ ਹੁੰਦੇ ਆ ਕਿ ਐਸਾ ਜਿਹੜਾ ਹੋਣਹਾਰ ਆਫਿਸਰ ਦੁਆਰਾ ਆਪਣੇ ਕੰਮ 'ਤੇ ਆ ਜਾਵੇ ਅਤੇ ਕੰਮ ਕਰਦਾ ਰਹੇ ਆਉਣ ਵਾਲਾ ਵਕਤ ਦੱਸੇਗਾ ਦਰਸ਼ਕੋ ਉਸ ਤੋਂ ਬਾਅਦ ਆਪਣੇ ਕੋਲ ਮੇਨ ਨਿਊਜ਼ ਹੈ ਕਿ CBSE ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਆਫ ਇੰਡੀਆ ਜਿਹੜੀ ਹੈਗੀ ਹੈ ਉਹਨਾਂ ਦੀ CBSE ਜੀ 10ਵੀਂ ਅਤੇ 12ਵੀਂ ਦੀ ਜਮਾਤ ਦੇ ਜਿਹੜੇ ਬੋਰਡ ਦੀ ਪ੍ਰੀਖਿਆ ਹੋਣੀ ਸੀ 4 ਮਈ ਤੋਂ ਸ਼ੁਰੂ ਉਹ ਕੈਂਸਲ ਕਰ ਦਿੱਤੀ ਗਈ ਹੈ ਦਰਸ਼ਕੋ ਇਹਦੇ ਨਾਲ ਇੱਕ ਜੁੜਦਾ ਤੁਹਾਨੂੰ ਮੈਂ ਤੱਥ ਤੁਹਾਡੇ ਸਾਹਮਣੇ ਰੱਖਣ ਲੱਗਾ ਕਿ 1,74,000 ਕਰੋਨਾ ਪਾਜ਼ਿਟਿਵ ਆਏ ਨੇ ਪਿਛਲੇ 24 ਘੰਟਿਆਂ 'ਚ ਪੂਰੇ ਦੇਸ਼ ਭਾਰਤ ਦੇ ਵਿੱਚ ਥਾਂ ਥਾਂ 'ਤੇ ਨਾਈਟ ਕਰਫਿਊ ਸਾਡੇ ਆਪਣੇ ਰਾਜਸਥਾਨ ਅਤੇ ਪੰਜਾਬ ਤੋਂ ਚੱਲ ਰਹੀ ਹੈ ਨਾਲ ਦੀ ਨਾਲ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਵੀ ਕਰਫਿਊ ਹਰ ਜਗ੍ਹਾ ਵਧਾ ਦਿੱਤਾ ਗਿਆ ਅਹਿਤਿਆਤ ਰੱਖਣੀ ਮੰਗਦੀ ਹੈ ਅਤੇ ਸੇਮ ਟਾਈਮ ਸਾਡੇ ਕਈ ਦੋਸਤ ਕਹਿ ਰਹੇ ਸੀ ਕਿ ਮੈਂ ਤਾਂ ਇੱਕ ਹੀ ਟੀਕਾ ਲਵਾਉਣਾ ਇੱਕ ਹੀ ਡੋਜ਼ ਲਵਾਉਣੀ ਜਾਨਸਨ ਜਾਨਸਨ ਦੀ ਅਸੀਂ ਕਿਸੇ ਕੰਪਨੀ ਦੇ ਖਿਲਾਫ ਨਹੀਂ ਹੈ ਲੇਕਿਨ ਉਸ ਕੰਪਨੀ ਨੂੰ ਕੰਪਨੀ ਆਪ ਜਗ੍ਹਾ ਸਹੀ ਕੰਮ ਕਰਦੀ ਹੈ ਲੇਕਿਨ ਜਿਹੜੀ ਵੈਕਸੀਨ ਹੈ ਉਹਦੇ ਕਿਤੇ ਸਾਈਡ ਇਫੈਕਟ ਨਜ਼ਰ ਆਇਆ ਇਸ ਕਰਕੇ ਉਹਨੂੰ ਇੱਕ ਵਾਰ ਰਾਖਵੀਂ ਰੱਖ ਲਿਆ ਗਿਆ ਸੋ ਆਪਾਂ ਗੱਲ ਉੱਧਰ ਨਾਲ ਜਾ ਕੇ ਇੱਧਰ ਰੱਖਦੇ ਹਾਂ ਕਿ CBSE ਦੀ ਪ੍ਰੀਖਿਆ ਜਿਹੜੀ 10ਵੀਂ ਅਤੇ 12ਵੀਂ ਦੀ ਪੂਰੀ ਇੰਡੀਆ ਦੇ ਵਿੱਚ ਇੱਕ ਵਾਰ ਮੁਲਤਵੀ ਕਰ ਦਿੱਤੀ ਹੈ ਅਣਮਿੱਥੇ ਸਮੇਂ ਲਈ ਹਾਲਾਂਕਿ ਗੌਰਮੈਂਟ ਆਫ ਇੰਡੀਆ ਵੱਲੋਂ ਇਹ ਜ਼ਰੂਰ ਧਰਾਵਾ ਦਿੱਤਾ ਗਿਆ ਹੈ ਕਿ ਜਦੋਂ ਵੀ ਡੇਟ ਆਊਗੀ ਤਾਂ 15 ਦਿਨ ਹਰੇਕ ਸਟੂਡੈਂਟ ਨੂੰ ਸਟੱਡੀ ਕਰਨ ਵਾਸਤੇ ਦਿੱਤੇ ਜਾਣਗੇ ਦਰਸ਼ਕੋ ਬਹੁਤ ਕੁਛ ਹੈ ਆਪਣੇ ਕੋਲ ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਜੀ ਦਾ ਜਨਮ ਦਿਨ ਹੈ ਅਦਾਰਾ ਜਸ ਪੰਜਾਬੀ ਅਤੇ ਮੈਂ ਅਸੀਂ ਸਾਰੇ ਰਲ ਕੇ ਉਹਨਾਂ ਦੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਬਹੁਤ ਵੱਡੀ ਦੇਣ ਹੈ ਬਾਬਾ ਸਾਹਿਬ ਦੀ ਦਰਸ਼ਕੋ ਇੱਕ ਸੰਵਿਧਾਨ ਦੀ ਇੱਕ ਇੱਕ ਲਾਈਨ ਇੱਕ ਇੱਕ ਵਰਡ ਇੱਕ ਇੱਕ ਚੀਜ਼ ਦਰਸਾਉਂਦੀ ਹੈ ਕਿ ਜੇ ਅਸੀਂ ਉਹਨੂੰ ਫੋਲੋ ਕਰੀਏ ਤਾਂ ਭਾਰਤ ਮਹਾਨ ਇੱਕ ਵਾਕਈ ਮਹਾਨ ਦੇਸ਼ ਬਣ ਸਕਦਾ ਹੈ ਪ੍ਰੋਬਲਮ ਇਹ ਕਿ ਅਸੀਂ ਫੋਲੋ ਨਹੀਂ ਕਰ ਰਹੇ ਦਲਿਤਾਂ ਦਾ ਨਾਮ ਲਿਆ ਜਾ ਰਿਹਾ ਦਲਿਤਾਂ ਦੇ ਨਾਮ 'ਤੇ ਰਾਜਨੀਤੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਕਿਸੇ ਨੂੰ ਦਲਿਤਾਂ ਦਾ ਨਾਮ ਜੋੜ ਕੇ ਉਹਦਾ ਲਾਹਾ ਲੈ ਕੇ ਫਿਰ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਹੈ ਠੰਡੇ ਵਸਤੇ 'ਚ ਪਾਇਆ ਜਾਂਦਾ ਤਾਜ਼ੀ ਘਟਨਾ ਹੈ ਕਿ ਪੰਜਾਬ ਦੇ ਜਿਹੜੇ ਫਾਰਮਰ ਡਿਪਟੀ CM ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜਲੰਧਰ ਦੇ ਵਿੱਚ ਆਉਂਦੇ ਹੈ ਉਹ ਬਾਬਾ ਸਾਹਿਬ ਦੀ ਬੁੱਤ ਦੇ ਉੱਤੇ ਮਾਲਾ ਅਰਪਣ ਕਰਦੇ ਅਤੇ ਕਹਿੰਦੇ ਕਿ ਆਉਣ ਵਾਲਾ ਡਿਪਟੀ CM ਵੀ
हो सकता है पंजाब का एक दलित भाईचारे चो। दर्शकों आप बजाय कि किसी अहदे देने दे बजाय उन्होंने बनता सरदा सन्मान ही समाज क्यों ना दे दिए, इन्ना ही बहुत वड्डी गल हुंदी है। उहदी बनदी मेहनत ही दे दिए जिहड़े अपने घरां च करदे आ, कोई बाहर करदा आ, उहदी एजुकेशन का मुल पाया जाए। वल एनीवे मैं गल संविधान की कर रहा, संविधान कला एक आपा ही नहीं, गौरमेंट वालों भी अणदेखा किया जाता टाइम द टाइम, तो होर ग्रुप्स वालों भी किया जाता है। अगेन बाबा साहब नूं असीं श्रद्धा दे फुल भेंट करते हैं। दर्शको आपां चलदे हां मेन मुद्दे वाल जिथे अज आपां गल करनी है। कल सरदार गुरनाम सिंह चडूनी जिहड़े कि भारतीय किसान यूनियन के प्रधान ने हरियाणा स्टेट के, उन्होंने बड़ी चंगी तरह क्लीयर किया सी, और तुहाडे सामने मैं दोबारा फिर फ्रेज करके फिर पूछा सी उन्होंने कि जिहड़ी इंडिया गौरमेंट किसी गल ते नहीं आ रही, किसानों का अंदोलन बहुत लम्मा चल गया, 300 तो उपर शहीदियां हो गई ने, कि वह WTO दे यानी कि वर्ल्ड ट्रेड ऑर्गेनाइजेशन का कोई प्रैशर है। वह कहिंदे बिल्कुल प्रैशर है। फिर सारी दिन स्टडी की गई इस उत्ते, सारा दिन स्टडी की गई इस उत्ते। मैं जो देखने लिखा कि इंडिया एक बहुत वड्डी डाइवर्स कंट्री है, बहुत वड्डी पापुलेशन वाइज, कल्चर वाइज, इंप्लॉयमेंट वाइज, या आपां देख लीए कि एग्रीकल्चर वाइज। देखो 1.3 बिलियन की पापुलेशन है, तो उहदे विचों 500 मिलियन जिहड़े है, 500 मिलियन दी वर्कफोर्स है जिहड़ी कि लार्जेस्ट वर्कफोर्स है वर्ल्ड दे विच। उस तो बाद 70% जिहड़ी आबादी है वह रूरल च रहिंदी है, यानी कि एग्रीकल्चर ते डिपेंड करदी है। उस तो बाद दर्शको कि इंडिया वर्ल्ड की थर्ड लार्जेस्ट परचेजिंग पावर है, तो कंजम्पशन भी कर दी है, तो उहदे विच्चों 60% जिहड़ा है इंडिया की ओन मैनुफैक्चरिंग तो हुंदा, यानी इंडिया आप खुद पैदा करती है उस चीज़। इस सारे आंकड़ों तो बाद 25% उन्हां दे विच्चों टोटल पापुलेशन का 25% जिहड़ा है सिर्फ 90 रुपए दिहाड़ी के उत्ते गुजारा कर रहा है। 90 रुपए दर्शको, एक लीटर पेट्रोल नहीं आता 90 रुपए ने, परिवार का गुजारा तो बहुत दूर की गल है। जे आप करिए कि होर आंकड़े की गल करिए, 136वां रैंक है जी, जे ह्यूमन डिवेलपमेंट की गल करिए, ह्यूमन डिवेलपमेंट का 136वां रैंक है इंडिया का 187 कंट्रिया दे विचों। ठीक है, मैं तुहानू आंकड़े क्यों दे रहा, तुहानू मैं इस करके दे रहा दर्शकों कि यह जिहड़े आंकड़े है दर्शाते हैं कि सानू WTO का फॉर्मूला या उन्होंने प्रैशर च आना चाहिए, जो कि आप एड्डी वड्डी पापूलेशन सर्व करना होना का ख्याल रखना हो बहुत औखा हो जाता है। ये कई क्वेश्चन खड़े होंगे, तुम आपके विचार जरूर साझे करो फोन करके। क्वेश्चन खड़े होंगे जे WTO का प्रैशर है, WTO के असी भाग भी लेना, उन्होंने गाइडलाइनस फॉलो करनी है, तो क्वेश्चन खड़े होंगे सिर्फ तो सिर्फ अपनी कंट्री लिए कि यह इलीगल हो गया कि किसानों MSP ना दिता जाए उन्हों की फसल का, नंबर वन। नंबर टू क्वेश्चन खड़ा हो जाता है कि जे MSP दिती भी है तो वर्ल्ड ट्रेड ऑर्गेनाइजेशन वालों भारत गौरमेंट नूं की ऑब्सटिकल्स ने, की लिमिटेशनस ने। कल चडूनी साहब ने बड़ा क्लीयर किया कि 3-4 लाख करोड़ रुपए का इंडिया गौरमेंट नूं जो है घाटा लग सकता, क्योंकि 13.5 लाख करोड़ रुपया वो हुण दे रहे, जे MSP देण 23 दी 23 फसलों तो 17.5 लाख करोड़ रुपया उन्होंने देना पेगा, जिहड़ा कि करीब करीब 4 लाख करोड़ रुपया होर हो गया। जो मेरी कैलकुलेशन है उन्होंने आमदन भी होगी, और एडे वे कंट्री 4 लाख करोड़ रुपया हर MSP देने मेरे ख्याल नहीं कोई दिक्कत होनी चाहिए, हो सकता किसी न किते एक्सपेंडिचर ते इनकम दे विच कोई प्रॉब्लम होवे जिहड़ी मेरी कैलकुलेशन समझ ना आए, तुहाडे आवे तां जरूर फोन करके गल करियो। उस तो बाद दर्शको जे आ सारा कुछ इदा ही चलता रहा तो PDS सिस्टम का फ्यूचर की है, पब्लिक डिस्ट्रीब्यूशन सिस्टम जिहड़ा है, जिहड़ी आटा दाल स्कीम है, जिहड़ा गरीबां नूं FCI वालों, FCI बनाई क्यों सी, क्योंकि गौरमेंट वालों स्टोर किया जाए, कितने जरूरत है तो गौरमेंट उन्हों उत्थे भेजे ताकि साडी जनता, साडी जिहड़ी माणमती जिहड़ी जनसंख्या है उन्हों हर बंदे नूं 2 वक्त का खाना मिले। पर जे आ सिस्टम जिहड़े नवे लॉज ने उहदे विच PDS का की फ्यूचर है, तुसीं फोन करके जरूर सानूं फोन करके आपदा विचार दस्सो।
उस तो बाद दर्शकों एक होर क्वेश्चन खड़ा हो जाता है कि जिदा मैं क्या कि 70% जी पापूलेशन है और रूरल है और इसका मतलब कि एग्रीकल्चर पर डिपेंड करती है, उत्थे लेबर करती है, वो जी लेबर है उन्होंने एडजस्ट कितने किया जाऊगा, सर्विसिज के इंडस्ट्री के कि भारी वर्कफोर्स न कितने एडजस्ट किया जाऊगा। खदशे जार होंगे कि खेती तो खेती रहेगी जो कारपोरेट घराने को चलेगी, नहीं जी जे तुसी आपां सोचिए तो कारपोरेट घराने को जो खेती गई तो खेती बहुत वड्डे लैवल पर होगी, बहुत वड्डी मशीनां नाल होगी, जिथे तुसी देख सकते हो कि कुछ घंटिया के कई सौ एकड़वा के बीज दिता जाऊगा, वड्डी मशीनरी ना होगी जिथे कि बंदे की जरूरत ही ना पवे। उत्ते क्वेश्चन खड़ा होंदा कि तुसी अपनी जिहड़ी लेबर है रूरल दी जिहड़ी खेतीबाड़ी दी लेबर है उन्हूं कित्थे एडजस्ट करोगे। उस तो बाद दर्शको एक होर जिहड़ा खदशा है जिहड़ा मैं कल चडूनी साहब नाल भी शेयर किया सीगा वो यह सीगा दर्शको कि आ तो आप गल कर ली कि तीन कानून लागू हो जाते हैं, आ क्वेश्चन खड़े हो जाते हैं, गल हैगी है कि जिहड़ा असेंशियल कमोडिटी एक्ट जिहड़ा मैं तुहानूं बहुत बारी कह चुका कि सस्ते भा ते खरीद के कारपोरेट घराने आपदे ही फैक्टरी दे विच प्रोसैस करके आपदे ही मॉल दे विच एक रंगीन लफा विच लपेट के 800 रुपए क्विंटल की कोई भी चीज़ हुण प्रोसैस करके 500 रुपए किलो बेचूगी, 400 रुपए किलो बेचूगी, तो महंगाई का जड़ा इंडेक्स आ महंगाई कित्थे जाके रुकूगी। ये सारिया गल्लां बातां करन लई अपने नाल जुड़नगे थोड़े चिर तक वैटनरी ते एग्रीकल्चर स्पैशलिस्ट ते सी डी वी डॉक्टर रशपाल सिंह बाजवा शिकागो तो थोड़ी देर तक अपने नाल फोन लाइन ते स्काइप ते थ्रू वीडियो लाइन के थ्रू अपने नाल जुड़नगे। तुहाडे कोल कोई ख्याल होवे तो जरूर साडे नाल रबता काम करो, आपके विचार साझे करना। गल फिर मैं करदा कि गुरु ग्रंथ साहब जी की बेअदबी हुई, इनवैसटीगेशन हुई, माणयोग हाई कोर्ट ने वह सिट नू रद्द कर दिता, ये भी कहा कि कुंवर विजय प्रताप सिंह नवी स्पैशल इनवैसटीगेशन टीम का मैंबर ना हो, कुछ कारण रहे होंगे, कुछ कारण सामने पता है, पर इन्हों का तुसी विचार साझा करो, खास करके जिहड़ा मैं आह जिहड़ी खेतीबाड़ी का करके जिहड़े क्वेश्चन उठे। तो दर्शको आप मिलते हैं एक छोटी जी ब्रेक तो बाद, इदा ही बने रहो जस पंजाबी ते। स्वागत जी तुहाडा सारयां दा, फिर मैं गुरलाल प्रोग्राम ओपन प्लेटफॉर्म लैके तुहाडे रूबरू ना ट्यूजडे वी वैनसडे थर्सडे शाम 9 बजे पैसिफिक टाइम कल साडे कैलिफोर्निया स्टूडियो तो। बहुत सारे दर्शक जिहड़े कल दे कर रहे सी कि चडूनी साहब ने दस्या कि सानू जे WTO दा प्रैशर है तो यह सारे क्वेश्चन खड़े हो जाते हैं, इस चीज़ के माहर साडे नाल डॉक्टर रिशपाल सिंह जी बाजवा जुड़ गए ने, आपां उन्हां तों जरूर ये पूरा क्वेश्चन पूरा आंसर लैने। जे तुहाडे कोल कोई क्वेश्चन होवे तो जरूर सानू फोन लाइन ते कॉल करके पुछ सकदे हो। आपां पहलां उन्हां दा स्वागत करदे हां बाजवा साहब दा। बाजवा साहब बहुत बहुत स्वागत जी जस पंजाबी ओपन प्लेटफॉर्म प्रोग्राम ते तुहाडा जी। सत श्री अकाल जी गुरलाल जी, तुहानू वी ते तुहाडे सारे जस पंजाबी दे दर्शकां नू जी 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 धन्यवाद बाजवा साहब, तुसीं टाइम कढ़िया। बाजवा साहब पहलां तां बाबा साहब भीम राव अंबेडकर जी दी अज जन्मदिन है, असीं शरदा दे फुल भेट करदे उहनां नू, ते असीं चाहुंदे हां तुसीं दो शब्द उहनां बारे कहो ते फिर आपां अगला प्रोग्राम चालू कर देंगे। जी मैं भी अपने वल्लों उहनां दे जन्मदिन ते सारे भारतवासियां नू वधाई देना, ते थोड़ा जिहा मैं इहदा कहना भी चाहुंदा भी पिछले 70 सालां च असीं गल्लां ज़्यादा कीतियां इंडिया के कंट्री च जिहड़े दलित ते पिछड़े वर्ग सीगे, जिन्ना इन्हां दा सानूं ध्यान करना चाहीदा सी ओह कीता नहीं, इन्हां नूं मूरली कतार च लिआंदा नहीं है। इह आ वी सारे पोलीटिशन जिहड़े आ अपना अपना विचार दिंदे आ, लारे दा बहुत लाउंदे आ, पर इन्हां नूं वी आपां नूं सोसाइटी दा पार्ट इन्हां नूं गिणना चाहीदा और इन्हां ते कोई स्पैशल विशेष देना चाहीदा। जी 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 बाजवा साहब धन्यवाद। बाजवा साहब कल चडूनी साहब ने बड़ा क्लीयर किया WTO का प्रैशर हैगा है गवर्नमेंट से, बहुत सारे क्वेश्चन खड़े हो जाते हैं, मैं एक एक करके तुहानू पुछूंगा तो विस्तार नाल उहदा आंसर दिओ। सब तो पहला क्वेश्चन ये है बाजवा साहब कि जे WTO के अंडर आने कोई गाइडलाइनस है तो ये कि इलीगल हो जाता है इंडियन गवर्नमेंट नूं
मिनिमम सपोर्ट प्राइस देना किसानों वास्ते की इलीगल हो जूगा? ये इलीगल ये कुछ नहीं है जी, जी ये थोड़िया जी कुछ चीज़ा अपन समझनिया पैनगियां। वैसे तो दर्शक काफ़ी चिर तो इन चीज़ों तो जानू है, पर आप थोड़ा जहाँ इन्हों ब्रीफली फिर दस दें जी। तो पहला एम एस पी है की है, जिन्होंने आप मिनीम सपोर्ट प्राइस कहने इंडियन सिस्टम से, जो भी ये लगी पूरी तरह से लगी नहीं, ये जो फार्मूला है वो तीन चार चीज़ों ऐड करता है। जी एक तो यह है भी जी उन्होंने ए टू जरा लिखते हैं वो है कि जी उन्होंने टोल खर्चा पेस्टिसाइड पानी बिजली होर जी उन्होंने को बाहरों लेबर लिया के जो आप लाई दी है झोना लगा ला ली दी है कटाई से, एक तो उन्होंने लिखा गया वो फिर एफ एल पाया। एफ एल जरा है तो फैमिली लेबर है, बी एक बंद ने किया काम दो ने किया जो अभी करते जी। और नंबर तीन फिर बाद चेक ऐड होया बी जिमीदार की कैपिटल इनवैसटमेंट है, जो किसी के पांच किले ये लगे हैं किसी के दस हैं वो फिर वो प्राइस कट के उत्ते जो इंट्रस्ट से पर ला देंगे डबल इनकम कर देंगे तो मुड़के 18 जाके वो जवाब ही देता भी साढ़े रिसोर्स ही हैं, पर हूँ अगों आप जो आई सवाल पूछे विस्तार नाल बहुत दस्या भी इंडिया का जो एग्रीकल्चर है बड़ा डाइवर्स है, पापूलेशन बहुत ज़्यादा है, होम मार्केट साड़ी कंजप्शन की बहुत है, पर गरीबी भी बहुत है, जोड़ा गरीब तो अमीर का पाड़ा है वह बहुत ज़्यादा है, बहुत इन्ना ज़्यादा है, वैल्थ जो बहुत घट लोगों से कंसालीडेट होया। अज के टाइम च 70 साल बाद जे 25% लोग 90 रुपये तो थले लह रहे हैं तो ये वाकई ये काज ऑफ कंसर्न है। बाकी जिमें हम एग्रीकल्चर जी डी पी है अपने इंडिया की अज के दिन 18% है, जी इंडस्ट्री तो है वह 23% है, सर्विस सैक्टर है जोड़ा इंडिया का वो आलमोस्ट बढ़ते लैवल ही है, साढ़ा 61 है दुनिया की एवरेज रेट है, पर जी इंडस्ट्री है 23 है और दुनिया की 30 है, एग्रीकल्चर 18 है तो दुनिया की एग्रीकल्चर एवरेज जी 7। तो हम जी अपनी गवर्नमेंट ऑफ इंडिया है जो आप देखिए भी अपनी 18 है तो दुनिया की एवरेज 7 है, ये इस जो सैक्टर आनू कोई कारपोरेट करके बिग कारपोरेशन लिया के ये तो जी जी पी की डिपेंडेंस है वनू आई डोंट नो वो घटेगी कि नहीं घटेगी, पर जी लेबर इन्नी डिसप्लेस होएगी अनस्किल्ड लेबर नूं शहरां च नौकरी नहीं मिली क्योंकि साडी इंडस्ट्री आ उहदा भी इंफ्रास्ट्रक्चर जिहड़ा है बहुत ओल्ड है, उहनां लोकां नूं नौकरी नहीं मिली। सो अगों हुण तुसीं अगला जिहड़ा सवाल है इहदे नाल आपां नूं इह देखणा पवेगा भी ये एम एस पी जिहड़ी है भी ये गौरमेंट अपनी जिहड़ी है भी ये दिंदी क्यों नहीं जी। हुण पहलां तां इवें आ कि जिहड़े इन्हां ने तीन बिल बनाए हैं इहदे नाल जिहड़ा एग्रीकल्चर सिस्टम आ की तुसीं जिणा है की वंडणा है कित्थे लिजाणा है कित्थे उहनूं सैल करना है कित्थे स्टोर करना है ये सारा सिस्टम ही चेंज होगा जी। और जिहड़ी गौरमेंट मुड़ मुड़ के स्ट्रैस करदी है जिमीदारां नूं भाई तुहानू नहीं नहीं तुहाडा इह तां बड़ा रिफॉर्म है बड़ा सुधार है तुहाडी जिहड़ी इनकम है इहदे नाल बहुत वध जाणी है, पर जिहड़े जिमीदार कहिंदे आ भाई सानू कोई दसो तो सही भी कित्थों वध जू मंडियां है नहीं मंडियां उठ जाणगियां मंडियां है नहीं जी, जिहड़ी इंटर स्टेट चीज़ां है रेगुलेशन गौरमेंट का है नहीं किवें बाई करनी है किवें सैल करनी, सो जिहड़े किसान सीगे वो काफ़ी इस नाराज होए तो बड़ा लम्मा चौड़ा प्रोटेस्ट हो गया और अदर गवर्नमेंट ने उन्हां नाल कोई करन वास्ते सिमट करन दी बजाए गवर्नमेंट ने अगों ये कहता जी तुसी मिलीटेंट जे तुसी अतवादी जे तुसी पाकिस्तान दे भड़काए दे चाइना। बाजवा साहब आप इस गल ते दोबारा हुण इत्थे क्वेश्चन होर खड़ा हो जांदा इहदे नाल, मान लो जिदां चडूनी साहब ने कल कहा सीगा कि हुण इस टाइम वो दे रहे 13.5 करोड़ के करीब
जे एम एस पी देन पूरी तेई दी तेई फसलां तो 17.5 लाख करोड़ रुपया गौरमेंट नूं देना पऊगा। उस तो अलावा भी कोई गौरमेंट ते लिमिटेशन या रिस्ट्रिक्शन डबल्यू टी ओ वालों होर हो सकदियां जी? इस तरह जे डबल्यू टी ओ ते जदों आपां जाईए ते थोड़ा जिहा पहलां डबल्यू टी ओ नूं समझणा पऊगा है की जी डबल्यू टी ओ दा पूरा जिहड़ा है उह वर्ल्ड ट्रेड ऑर्गेनाइजेशन जी। ਉਹ 1995 'ਚ ਸਾਰੇ ਕੰਟਰੀਆਂ ਨੇ ਰਲ ਕੇ ਇੱਕ ਫੋਰਮ ਤਿਆਰ ਕੀਤਾ ਕਿ ਜਿੱਥੇ ਆਪਣੇ ਰਲ ਮਿਲ ਕੇ ਆਪਾਂ ਹਰ ਚੀਜ਼ ਦੀ ਟ੍ਰੇਡ ਕਰਾਂਗੇ, ਗਲੋਬਲ ਇਕਾਨਮੀ ਨੂੰ ਵਧਾਵਾਂਗੇ। ਉਹਦੇ ਵਿੱਚ ਫਿਰ ਕੀ ਹੋਇਆ, ਉਹ ਵਰਲਡ ਨੇ ਕੰਟਰੀਆਂ ਹੁਣ ਸਾਰੀਆਂ ਇੱਕੋ ਜਿਹੀਆਂ ਤਾਂ ਹੈ ਨਹੀਂ ਜੀ, ਜਿਵੇਂ ਅਮੈਰੀਕਾ ਬੜਾ ਰਿਚ ਹੈ, ਯੂਰੋਪੀਅਨ ਯੂਨੀਅਨ ਚੰਗੀ ਹੈ, ਹੋਰ ਡਿਵੈਲਪ ਕੰਟਰੀ, ਉਹਨਾਂ ਨੇ ਫਿਰ ਤਿੰਨ ਹਿੱਸੇ ਕਰ ਦਿੱਤੇ ਇਹਨਾਂ ਨੇ, ਇਹਨਾਂ ਕੰਟਰੀਆਂ ਨੂੰ ਤਿੰਨ ਗਰੁੱਪ 'ਚ ਪਾ ਦਿੱਤਾ। ਇੱਕ ਤਾਂ ਰੱਖੀਆਂ ਜਿਹੜੀਆਂ ਅੰਡਰ ਡਿਵੈਲਪਡ ਹੈ, ਜਿਹੜੀਆਂ ਬਹੁਤ ਪੂਅਰ ਸੀ ਜੀ, ਅਤੇ ਅਫਰੀਕਨ ਕੰਟਰੀਜ਼ ਆ ਗਈਆਂ, ਹੋਰ ਸੈਂਟਰਲ ਅਮੈਰੀਕਾ ਦੀਆਂ ਕੁਛ ਕੰਟਰੀਆਂ ਉਹਨਾਂ 'ਚ ਆ ਗਈਆਂ, ਉਹ ਅੱਗੇ ਉਹਨਾਂ ਨੇ ਕਰ ਦਿੱਤੀਆਂ ਜਿਹੜੀਆਂ ਡਿਵੈਲਪਿੰਗ ਨੇਸ਼ਨ 'ਚ ਜੀ। ਸੋ ਆਪਾਂ ਆਪਣਾ ਦੇਖਦੇ ਹਾਂ ਡਿਵੈਲਪਿੰਗ 'ਚ, ਕਿਉਂਕਿ ਇੰਡੀਆ ਨੂੰ ਉਹਨਾਂ ਨੇ ਡਿਵੈਲਪਿੰਗ ਨੇਸ਼ਨ 'ਚ ਲਾਇਆ ਸੀਗਾ, ਕਿਉਂਕਿ 95 'ਚ ਇੰਡੀਆ 'ਚ ਜਿਹੜਾ ਸਟਰਕਚਰ ਸੀ ਉਹ ਕਈਆਂ ਕੰਟਰੀਆਂ ਵਾਲੀਆਂ ਨਾਲੋਂ ਚੰਗਾ ਸੀ, ਅਤੇ ਜਿਹੜੀਆਂ ਤੀਜੀਆਂ ਸੀਗੀਆਂ ਉਹ ਹੋ ਗਈਆਂ ਡਿਵੈਲਪ, ਜਿਹਦੇ 'ਚ ਹੋ ਗਈ ਕੈਨੇਡਾ, ਆਸਟ੍ਰੇਲੀਆ, ਯੂਰੋਪੀਅਨ ਯੂਨੀਅਨ ਅਤੇ ਆਪਣੀ ਅਮੈਰੀਕਾ। ਹੁਣ ਇਹਨਾਂ ਦਾ ਫਰਕ ਕੀ ਹੈ, ਜਿੱਥੋਂ ਤੱਕ ਇਹਨਾਂ ਦੀ ਪ੍ਰੋਡਿਊਸ ਹੁੰਦੀ ਹੈ, ਇਹ ਇਕੱਲਾ ਕੋਈ ਐਗਰੀਕਲਚਰ 'ਚ ਨਹੀਂ, ਇਹ ਜਿਹੜਾ ਇਹਨਾਂ ਦਾ ਸਿਸਟਮ ਹੈ ਉਹ ਹਰ ਪ੍ਰੋਡਿਊਸ 'ਤੇ ਲੱਗ ਹੈ। ਪਰ ਆਪਾਂ ਅੱਜ ਇੰਡੀਆ ਦੇ ਐਗਰੀਕਲਚਰ 'ਤੇ ਰਿਸਟ੍ਰਿਕਟਡ ਰਹਾਂਗੇ, ਉੱਥੇ ਚਾਨਣਾ ਪਾਉਣਾ। ਹੁਣ ਜਿਹੜੀਆਂ ਅੰਡਰ ਡਿਵੈਲਪ ਕੰਟਰੀਜ਼ ਹੈ ਉਹਨਾਂ ਨੂੰ ਜਿਹੜੀ ਸਬਸਿਡੀ ਮਿਲਦੀ ਹੈ ਜੀ ਉਹ ਹੈ ਹੀ ਇੰਨੀ, ਅਤੇ ਉਹਨਾਂ ਦੀ ਪ੍ਰੋਡਿਊਸ ਹੈ ਹੀ ਬਹੁਤ ਘੱਟ, ਸੋ ਉਹਨਾਂ ਨੂੰ ਤਾਂ ਸਬਸਿਡੀ ਉਸ ਸਿਸਟਮ 'ਚ ਮਿਲ ਹੀ ਜਾਣੀ ਜੀ। ਜਿਹੜੀ ਆਪਣੀ ਹੈਗੀ ਹੈ ਇੰਡੀਆ ਦੀ ਡਿਵੈਲਪਿੰਗ ਕੰਟਰੀਜ਼ ਦੀ, ਸਾਡੇ ਉੱਤੇ ਇੱਕ ਕੈਪ ਹੈ, ਡਿਵੈਲਪਿੰਗ 'ਚ ਹੋਰ ਕੰਟਰੀਆਂ ਵੀ ਹੈਗੀਆਂ, ਉਹ ਕੈਪ ਇਹ ਹੈ ਕਿ ਅਸੀਂ 10% ਤੋਂ ਵੱਧ ਜਿਹੜੀ ਸਾਡੀ ਟੋਟਲ ਗਰਾਸ ਵੈਲਿਊ ਪ੍ਰੋਡਿਊਸ ਹੈ ਜੀ ਆਪਣੀ ਐਗਰੀਕਲਚਰ ਦੀ, ਉਹਦੀ 10% ਤੋਂ ਵੱਧ ਨੂੰ ਅਸੀਂ ਸਬਸਿਡੀ ਨਹੀਂ ਦੇ ਸਕਦੇ। ਜੇ ਅਸੀਂ ਉਹ ਦਿੰਦੇ ਹਾਂ ਤਾਂ ਸਾਨੂੰ ਉਹ ਕਹਿੰਦੇ ਆ ਵੀ ਤੁਸੀਂ ਸਾਡਾ ਜਿਹੜਾ ਇੰਟਰਨੈਸ਼ਨਲ ਗਲੋਬਲ ਮਾਰਕੀਟ ਹੈ ਉਹ ਟ੍ਰੇਡ ਪਾਲਿਸੀ ਨੂੰ ਡਿਸਟੋਰਟ ਕਰਦੇ। ਡਿਸਟੋਰਟ ਤਾਂ ਬਾਈਓ ਸਾਹਿਬ, ਇੱਕ ਮਿੰਟ, ਇਹ ਜਿਹੜੀਆਂ ਡਿਵੈਲਪਡ ਕੰਟਰੀਆਂ ਆ ਉੱਥੇ ਆ ਰਿਸਟ੍ਰਿਕਸ਼ਨ ਅਪਲਾਈ ਨਹੀਂ ਕਰਦੀ? ਨਹੀਂ, ਉਹ ਮੈਂ ਦੱਸਣ ਲੱਗਿਆ ਜੀ ਅੱਗੇ ਉੱਥੇ ਆਉਣ। ਅੱਛਾ ਜੀ। ਜਿਹੜੇ ਡਿਵੈਲਪ ਕੰਟਰੀ ਹੈ ਉਹਨਾਂ ਨੇ ਜਦੋਂ ਇਹ ਐਗਰੀਮੈਂਟ ਲਿਖਿਆ ਗਿਆ, ਜਿਵੇਂ ਕਹਿੰਦੇ ਵੀ ਤਕੜੇ ਦਾ 70-20-100 ਹੁੰਦਾ, ਉਹਨਾਂ ਨੇ ਅੱਗੇ ਲਿਖ ਲਿਆ ਵੀ ਜਿਹੜਾ ਸਾਡੀ ਸਬਸਿਡੀ ਹੈ ਉਹਨੂੰ ਉਹਨਾਂ ਨੇ ਇੱਕ ਹੋਰ ਐਗਰੀਗੇਟ ਸਪੋਰਟ ਪ੍ਰਾਈਸ, ਉਹਨਾਂ ਨੇ ਕੁਛ ਇਸ ਤਰ੍ਹਾਂ ਦਾ AMS ਉਹਦਾ ਨਾਂ ਲਿਖ ਕੇ ਉਹ 90% ਤੱਕ ਜਿਹੜੀਆਂ ਉਹ ਉਹਨਾਂ ਨੇ ਅਨਅਕਾਊਂਟਡ ਫਾਰ। ਹੁਣ ਜਸਟ ਆਪਾਂ ਐਗਜ਼ਾਮਪਲ ਦਿੰਦੇ ਜੀ, ਅਮੈਰੀਕਾ 'ਚ 160 ਬਿਲੀਅਨ ਸਬਸਿਡੀਜ਼ ਹੈ, 160 ਬਿਲੀਅਨ ਫਾਰਮਰ ਦੇ 'ਤੇ ਘੱਟ ਹੈ, ਇੱਕ ਫਾਰਮਰ ਨੂੰ ਪਰ ਈਅਰ $26,000 ਦੇ ਲਾਗੇ ਜਿਹੜੇ, ਐਜ਼ ਅਗੇਂਸਟ ਅਮੈਰੀਕਾ 'ਚ $260 ਜੇ ਸਾਨੂੰ ₹19,000 ਮਿਲਦਾ ਜ਼ਿਮੀਦਾਰ ਨੂੰ ਸਬਸਿਡੀ ਐਵਰੇਜ ਨੂੰ, ਅਤੇ ਅਮੈਰੀਕਾ ਵਾਲਿਆਂ ਨੂੰ ਇਹ ਕੋਈ ਮਿਲ ਜਾਂਦਾ ਆਪਣਾ 18-19 ਲੱਖ ਮਿਲ ਜਾਂਦਾ, ਆਪਣੇ ਨਾਲੋਂ 100 ਗੁਣਾ ਉਹਨਾਂ ਦੀਆਂ ਜ਼ਿਆਦਾ। ਈਵਨ ਚਾਈਨਾ ਦਾ ਹੋਰ ਫਰਕ ਹੈ, ਆਪਣਿਆਂ ਦਾ ਹੋਰ ਫਰਕ। ਸੋ ਇਹ ਜਿਹੜੀਆਂ ਉਹ ਸਬਸਿਡੀਜ਼ ਇੰਡੀਆ ਜਿਹੜੇ ਬਲਾਕ 'ਚ ਆ ਗਿਆ ਉਹਨਾਂ ਨੂੰ ਉਹ ਕਹਿ ਦਿੰਦੇ ਆ ਐਂਬਰ ਐਂਬਰ ਜੀ ਜੀ ਜੀ, ਜਿਵੇਂ ਆਪਾਂ ਨੂੰ ਸਰਦਾਰ ਸਿੰਘ ਜੋਹਲ ਹੋਰਾਂ ਨੇ ਵੀ ਦੱਸਿਆ ਸੀ। ਹਾਂਜੀ ਡਾਕਟਰ ਸਾਹਿਬ ਦੱਸਿਆ, ਇਹ ਰਿਸਟ੍ਰਿਕਟਡ ਹੈ, ਕੈਪਡ ਹੈ। ਜਿਹੜੀ ਡਿਵੈਲਪ ਕੰਟਰੀ ਹੈ ਉਹਨਾਂ ਆਪਣੇ ਆਪ ਨੂੰ ਗ੍ਰੀਨ ਬਾਕਸ 'ਤੇ ਰੱਖਿਆ, ਸੋ ਉਹਨਾਂ ਦੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਸੋ ਇਸ ਕਰਕੇ ਹੁਣ ਜਦੋਂ ਹੋਇਆ ਵੀ ਪਿਛਲੇ ਸਾਲ ਜਦੋਂ ਟਰੰਪਰੀ ਐਡਮਿਨਿਸਟ੍ਰੇਸ਼ਨ ਸੀਗੀ ਜੀ, ਉਹਨਾਂ ਨੇ ਪਹਿਲਾਂ ਤਾਂ ਚਾਈਨਾ ਨਾਲ ਇਹ ਟ੍ਰੇਡ ਵਾਰ ਸ਼ੁਰੂ ਕੀਤੀ, ਤੁਹਾਨੂੰ ਸਭ ਨੂੰ ਪਤਾ ਵੀ ਜਿਹੜੇ ਟੈਰਿਫ ਸੀਗੀਆਂ ਉਹ ਵਧਾਈਆਂ ਗਈਆਂ, ਉਹ ਉਹੀ ਚੀਜ਼ ਹੈ ਕਿਉਂਕਿ ਉਹ ਜਿਹੜੀ ਮੈਨੂਫੈਕਚਰਿੰਗ ਇੰਡਸਟਰੀਅਲ ਹੈ ਇਹ ਚੀਜ਼ਾਂ ਉੱਤੇ ਵੀ ਲੱਗਦੀਆਂ। ਸੋ ਉਹਨਾਂ ਨੇ ਉਹ ਸਬਸਿਡੀ ਉਹਨਾਂ ਦੀ, ਉਹ ਜੋ ਕਿਹਾ ਵੀ ਤੁਸੀਂ ਸਾਨੂੰ ਠੀਕ ਨਹੀਂ ਦੱਸਦੇ, ਤੁਸੀਂ ਆਪਣੀ ਕਰੰਸੀ ਦੀ ਵੈਲਿਊ ਠੀਕ ਨਹੀਂ ਦੱਸਦੇ, ਉਹ ਦੱਸਣ ਕਰਕੇ ਉਹਨਾਂ ਨੇ ਕਿਹਾ ਵੀ ਤੁਹਾਡੇ ਅਸੀਂ ਟੈਰਿਫ ਵਧਾਵਾਂਗੇ। ਟੈਰਿਫ ਮਤਲਬ ਇਹ ਹੈ ਕਿ ਜੇ ਮੈਂ ਇੱਥੇ ਆ ਗਿਆ ਅਮੈਰੀਕਾ 'ਚ ਕੁਝ ਵੇਚਣਾ ਤਾਂ ਮੇਰੇ 'ਤੇ ਡਿਊਟੀ ਵੱਧ ਗਈ ਜੀ। ਬਾਈਓ ਸਾਹਿਬ ਇੱਕ ਦੋ ਕੁਐਸਚਨ ਵਿੱਚ PDS ਸਿਸਟਮ ਦੇ ਵੀ ਹੁੰਦੇ ਆ, ਜਿਹੜਾ ਤੁਸੀਂ ਗ੍ਰੀਨ ਬਾਕਸ ਦਾ ਉੱਤੇ ਵੀ ਹੈ, ਆਪਾਂ ਨੂੰ ਕਾਲਾਂ ਵੀ ਆ ਰਹੀਆਂ ਹੈ, ਪਰ ਆਪਾਂ ਤੁਹਾਡੇ ਤੋਂ ਸਮਝਾਂਗੇ ਐਸੇ ਟੋਪਿਕ 'ਤੇ ਗ੍ਰੀਨ ਬਾਕਸ 'ਤੇ ਫਿਰ ਜਾਵਾਂਗੇ, ਤਾਂ ਉਸ ਤੋਂ ਬਾਅਦ PDS 'ਤੇ ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਣਾ ਪੈ ਰਿਹਾ, ਇਜਾਜ਼ਤ ਹੋਵੇ ਤਾਂ। ਠੀਕ ਹੈ ਜੀ।
ਦਰਸ਼ਕੋ ਇਹ ਹਨ ਡਾਕਟਰ ਰਸ਼ਪਾਲ ਸਿੰਘ ਬਾਜਵਾ ਆਪਣੇ ਨਾਲ ਜੁੜੇ ਬਹੁਤ ਹੀ ਚੰਗੀ ਤਰ੍ਹਾਂ ਐਲਾਬਰੇਟ ਕਰ ਰਹੇ ਹਰ ਚੀਜ਼ ਨੂੰ ਤੁਹਾਡੇ ਕਾਲਾਂ ਜੁੜੀਆਂ ਹੋਈਆਂ ਮੈਂ ਮਾਫੀ ਮੰਗਦਾ ਦਰਸ਼ਕਾਂ ਕੋਲ ਐਸ ਸੂਨ ਐਜ਼ ਆਪਣੇ ਕੋਲ ਟਾਈਮ ਹੋ ਆਪਾਂ ਕਾਲਾਂ ਵੀ ਲਵਾਂਗੇ ਆਪਾਂ ਰੁਕਣਾ ਪੈ ਰਿਹਾ ਛੋਟੀ ਜਿਹੀ ਬ੍ਰੇਕ ਦੇ ਲਈ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ 'ਤੇ ਜੀ ਬਾਜਵਾ ਸਾਹਿਬ ਸਵਾਗਤ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਅਤੇ ਆਪਣੇ ਨਾਲ ਨਾ ਇੱਕ ਕਾਲਰ ਬਹੁਤ ਸਾਰੇ ਜੁੜੇ ਕਾਲਰ ਪੰਨੂ ਸਾਹਿਬ ਜੁੜੇ ਉਹਨਾਂ ਨੂੰ ਲੈ ਕੇ ਤਾਂ ਆਪਾਂ ਅੱਗੇ ਵੱਧਦੇ ਹਾਂ ਜੀ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਓਪਨ ਪਲੇਟਫਾਰਮ ਚ ਜੀ ਜੀ ਜਸ ਪੰਜਾਬੀ ਦੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪੰਨੂ ਸਾਹਿਬ ਡਾਕਟਰ ਸਾਹਿਬ ਰਿਸ਼ਪਾਲ ਸਿੰਘ ਜੀ ਬਾਜਵਾ ਆਪਣੇ ਨਾਲ ਜੁੜੇ ਸ਼ਿਕਾਗੋ ਤੋਂ ਜਿਹੜਾ WTA ਦੇ ਜਿਹੜੇ ਜੋ ਪ੍ਰੈਸ਼ਰ ਫੀਲ ਕਰ ਰਹੀ ਹੈ ਗੌਰਮੈਂਟ ਜਿੱਦਾਂ ਕੱਲ੍ਹ ਚੜੂਨੀ ਸਾਹਿਬ ਨੇ ਕਿਹਾ ਅਤੇ ਉਹਦਾ ਮਤਲਬ ਕੀ ਹੈ ਉਹ ਸਾਰੀ ਚੀਜ਼ਾਂ ਸਮਝਾਉਣ ਲਈ ਡਾਕਟਰ ਸਾਹਿਬ ਜੁੜੇ ਹੋਏ ਤੁਹਾਡਾ ਕੋਈ ਕੁਐਸਚਨ ਖਾਸ ਕਰਕੇ ਇੱਕ ਤੋਂ ਕੁਐਸਚਨ ਮੇਰੇ ਤੁਹਾਡੇ ਲਈ ਹੈਗੇ ਆ ਜੇ ਇਜਾਜ਼ਤ ਹੋਵੇ ਤਾਂ ਪੰਨੂ ਸਾਹਿਬ ਜੀ ਇੱਕ ਤਾਂ ਇਸ ਤੋਂ ਹਟ ਕੇ ਜੇ ਤੁਹਾਡਾ ਕੋਈ ਕੁਐਸਚਨ ਬਾਜਵਾ ਸਾਹਿਬ ਤੋਂ ਹੋਵੇ WTO ਬਾਰੇ ਤਾਂ ਜ਼ਰੂਰ ਕਰਨਾ ਮੇਰਾ ਇਹ ਕੁਐਸਚਨ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ IG ਸੀਗੇ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਆ ਉਹਨਾਂ ਦੀ ਜਿਹੜੀ ਜੋ ਵੀ ਰਿਪੋਰਟ ਉਹਨਾਂ ਨੇ ਮਾਨਯੋਗ ਹਾਈ ਕੋਰਟ 'ਚ ਭੇਜੀ ਸੀ ਚਲੋ ਜੋ ਵੀ ਹੋਇਆ ਆਪਾਂ ਉਸ ਪਾਸੇ ਨਹੀਂ ਆਉਂਦੇ ਪਰ ਇਸ ਚੀਜ਼ ਨੂੰ ਜਿਹੜੀ ਯੂਥ ਆਫੀਸਰਸ ਆ ਉਹਨਾਂ ਨੂੰ ਡਿਸਕਰੇਜਮੈਂਟ ਹੋਊਗੀ ਥੋੜ੍ਹੀ ਬਹੁਤ ਕਿ ਨਹੀਂ ਦੇਖੋ ਜੀ ਜ਼ਰੂਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੜੀ ਇਮਾਨਦਾਰ ਨਾਲ ਔਰ ਬੜੀ ਲੰਬੀ ਮਿਹਨਤ ਕਰਕੇ ਜੋ ਇਹ ਇਨਫੋਰਮੇਸ਼ਨ ਫੈਕਟਸ ਉਹਨੇ ਇਕੱਠੇ ਕੀਤੇ ਆ ਔਰ ਉਹਨਾਂ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾਈ ਇਹ ਸਾਰੇ ਪੰਜਾਬ ਦੇ ਲੋਕ ਮੰਨਦੇ ਨੇ ਔਰ ਪੰਜਾਬ ਦੇ ਲੋਕ ਇਹ ਵੀ ਉਮੀਦ ਕਰਦੇ ਆ ਕਿ 5.5 ਸਾਲ ਪੁਰਾਣਾ ਇਹ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਇਹਦੇ 'ਚ ਨਿਆਂ ਮਿਲੇ ਔਰ ਇਹਨਾਂ ਦਾ ਕਾਂਗਰਸ ਗੌਰਮੈਂਟ ਤੇ ਵੀ ਆ ਅਕਾਲੀਆਂ ਦੇ ਉੱਤੇ ਵੀ ਸੀਗਾ ਪਰ ਜਿਸ ਬੰਦੇ ਨੂੰ ਇਹ ਗੱਲ ਰਹੀ ਜਾਂਦੀ ਆ ਉਸੇ ਨਾਲ ਇਸ ਇਮਾਨਦਾਰ ਆਫੀਸਰ ਦੀ ਜਿਹੜੀ ਕੀਤੀ ਮਿਹਨਤ ਆ ਜਿਹੜੀ ਉਹ ਕਿਸੇ ਪਾਸੇ ਲੱਗਦੀ ਨਜ਼ਰ ਨਹੀਂ ਆਉਂਦੀ ਉਹਦਾ ਸਿੱਟਾ ਨਜ਼ਰ ਜ਼ਰੂਰ ਇਸ ਦਾ ਅਸਰ ਪਵੇਗਾ ਪਰ ਮੈਨੂੰ ਲੱਗਦਾ ਹੈ ਕਿ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਚੁੱਪ ਕੇ ਬਹਿਣ ਵਾਲੇ ਨਹੀਂ ਹੈ ਇਹਨਾਂ ਨੇ ਜਿਹੜੇ ਫੈਕਟ ਇਕੱਠੇ ਕੀਤੇ ਆ ਉਹ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਣਗੇ ਔਰ ਇਹਨਾਂ ਦੀ ਮਿਹਨਤ ਨੂੰ ਜ਼ਰੂਰ ਹੋਰ ਪਵੇਗਾ ਔਰ ਜਿਹੜੇ ਨਵੇਂ ਆਫੀਸਰ ਆ ਰਹੇ ਆ ਉਹਨਾਂ ਨੂੰ ਵੀ ਇਹਨਾਂ ਦੇ ਰੈਕਰਡ ਤੋਂ ਇਹਨਾਂ ਦੇ ਕੈਰੀਅਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਔਰ ਪ੍ਰੇਰਣਾ ਦਾ ਸਰੋਤ ਰਹਿਣਗੇ ਜੀ 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 ਪੰਨੂ ਸਾਹਿਬ CBSE ਜਿਹੜੀ ਆਪਣੀ ਹੈਗੀ ਹੈ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਜਿਹੜਾ ਹੈਗਾ ਉਹਨਾਂ ਨੇ 10ਵੀਂ ਅਤੇ 12ਵੀਂ ਦੇ ਜਿਹੜੇ ਬੋਰਡ ਦੀ ਪ੍ਰੀਖਿਆ ਸੀਗੀ ਉਹ ਅਣਮਿੱਥੇ ਸਮੇਂ ਲਈ ਕੋਰੋਨਾ ਦਾ ਕਰਕੇ ਅੱਗੇ ਪਾਤੀ ਹਾਲਾਂਕਿ ਉਹਨਾਂ ਨੇ ਭਰੋਸਾ ਦਿੱਤਾ ਕਿ 15 ਦਿਨਾਂ ਦਾ ਟਾਈਮ ਸਟੂਡੈਂਟਾਂ ਨੂੰ ਦੇਣਗੇ ਪਰ ਤੁਹਾਨੂੰ ਕੀ ਲੱਗਦਾ ਇਸ ਚੀਜ਼ ਦਾ ਬੱਚਿਆਂ ਦੇ ਫਿਊਚਰ 'ਤੇ ਕੋਈ ਥੋੜ੍ਹਾ ਬਹੁਤ ਅਸਰ ਦੇਖਣ ਨੂੰ ਮਿਲੂਗਾ ਜੀ ਬੱਚਿਆਂ ਵਾਸਤੇ ਬੜੀ ਮੁਸ਼ਕਲ ਦੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ ਕਿਉਂਕਿ ਅੱਜ ਇਹ ਕਹਿੰਦੇ ਕਿ 1,86,000 ਕੋਵਿਡ ਦੇ ਕੇਸ ਭਾਰਤ ਵਿੱਚ ਆਏ ਨੇ ਹਾਂਜੀ ਔਰ ਇਹਦੇ ਮੱਦੇਨਜ਼ਰ ਫੈਸਲੇ ਲਏ ਆ ਕਿ ਇਹ CBSE ਦੇ ਐਗਜ਼ਾਮੀਨੇਸ਼ਨ 10ਵੀਂ ਅਤੇ 12ਵੀਂ ਕਲਾਸਾਂ ਦੇ ਅਣਮਿੱਥੇ ਸਮੇਂ ਲਈ ਪੋਸਟਪੋਨ ਕਰ ਦਿੱਤੇ ਗਏ ਆ ਅੱਗੇ ਅਗਾਂਹ ਗਰਮੀ ਆ ਰਹੀ ਹੈ ਬੱਚਿਆਂ ਨੂੰ ਮੁਸ਼ਕਲਾਂ ਤਾਂ ਆਉਣਗੀਆਂ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਇਹ ਕਦੋਂ ਹੋ ਜਾਣਗੇ ਔਰ ਕਿੰਨਾ ਹਾਲਾਂਕਿ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਕਿ 2 ਹਫ਼ਤੇ ਦਾ ਪ੍ਰੀ ਨੋਟੀਫਿਕੇਸ਼ਨ ਦਿੱਤਾ ਜਾਊਗਾ ਜਦੋਂ ਐਗਜ਼ਾਮ ਦੀ ਡੇਟ ਫਿਕਸ ਆਊਗੀ ਪਰ ਬੱਚਿਆਂ ਵਾਸਤੇ ਇਹੋ ਹੀ ਕਹਿ ਸਕਦੇ ਵੀ ਭਾਈ ਆਪਣੀ ਤਿਆਰੀ ਜ਼ਰੂਰ ਰੱਖੋ ਔਰ ਉਹਨਾਂ ਨੂੰ ਇਹ ਬੋਨਸ ਸਮਾਂ ਮਿਲਿਆ ਇਸ ਤਿਆਰੀ ਕਰਨ ਪ੍ਰੀਪਰੇਟਰੀ ਲੀਵ ਦੀ ਤਾਂ ਨੂੰ ਵਰਤ ਕੇ ਚੰਗੀ ਤਿਆਰੀ ਕਰਨ ਜਿਹੜੀ ਇਹ ਨੈਚੁਰਲ ਕੈਲਮਿਟੀ ਇਹ ਆਪਦਾ ਆਈ ਆ ਇਹਦਾ ਪੈਂਡੇਮਿਕ ਹੈ ਜਿਹੜਾ ਇਹਦਾ ਸਾਹਮਣਾ ਕਰਨ ਲਈ ਜਿਹੜੀਆਂ ਮੁਸ਼ਕਲਾਂ ਹੈ ਉਹਨਾਂ ਨੂੰ ਤਕੜੇ ਹੋ ਕੇ ਫੇਸ ਕਰ ਜੀ ਇਹੀ ਆਪਾਂ ਬੱਚਿਆਂ ਤੋਂ ਉਮੀਦ ਕਰਦੇ ਹਾਂ ਉਮੀਦ ਕਰ ਤੇ ਬਾਜਵਾ ਸਾਹਿਬ ਲਈ ਕੋਈ WTO ਬਾਰੇ ਕੋਈ ਕੁਐਸਚਨ ਹੈ ਪੰਨੂ ਸਾਹਿਬ ਇਹ WTO ਦੇ ਡੰਕਲ ਪ੍ਰਪੋਜ਼ਲ ਬੜੇ ਪਿਛਲੇ 30 ਸਾਲਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਔਰ ਬਾਜਵਾ ਸਾਹਿਬ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੂਸਰੀਆਂ ਕੰਟਰੀਜ਼ ਕਿੱਦਾਂ ਇਸ ਨੂੰ ਮੈਨੇਜ ਕਰ ਰਹੀਆਂ ਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ 30 ਸਾਲਾਂ ਤੋਂ ਅਸੀਂ ਇਹਦੀ ਇਨਫੋਰਮੇਸ਼ਨ ਸੁਣਦੇ ਜਾ ਰਹੇ ਮੇਰਾ ਸਵਾਲ ਬਾਜਵਾ ਸਾਹਿਬ ਨੂੰ ਇਹੋ ਹੀ ਆ ਵੀ ਦੂਸਰੀ ਕੰਟਰੀਜ਼ ਨੇ ਕਿਸਾਨਾਂ ਨੂੰ ਕਿੱਦਾਂ ਰਿਲੀਫ ਦਿੱਤੇ ਆ ਉਹ ਜਰਾ ਐਕਸਪਲੇਨ ਕਰ ਦੇਣ ਤਾਂ ਸਾਡੀ ਕੰਟਰੀ ਦੇ ਕਿਸਾਨਾਂ ਵਾਸਤੇ ਵੀ ਕੋਈ ਨਾ ਕੋਈ ਰਾਹ ਨਿਕਲਦਾ ਨਜ਼ਰ ਆਵੇਗਾ ਠੀਕ ਠੀਕ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਤੁਸੀਂ ਕਾਲ ਕੀਤਾ ਜੀ ਹਾਂਜੀ ਹਾਂਜੀ ਥੈਂਕ ਯੂ ਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਮਿਹਰਬਾਨੀ ਇਹ ਇਸ ਤਰ੍ਹਾਂ ਹੈ ਜੀ ਜਿਵੇਂ WTO ਦੋ ਕੰਮ ਕਰਦੀ ਹੈ ਜੀ ਇੱਕ ਤਾਂ ਥੋੜ੍ਹੀ ਜਿਹੀ ਆਪਣੀ ਉਹ ਰਿਸਟ੍ਰਿਕਸ਼ਨ ਲਾਉਂਦੀ ਹੈ ਜੀ ਵੱਧ ਨਾ ਵਰਤੋ ਔਰ ਉਦੋਂ ਬਾਅਦ ਉਹ
ਕੰਟਰੀਆਂ ਨੂੰ ਜਿਹੜੀਆਂ ਘੱਟ ਅੰਡਰ ਡਿਵੈਲਪਡ ਜਾਂ ਦੂਜਿਆਂ ਨੂੰ ਉਹਨਾਂ ਨੂੰ ਉਹ ਗ੍ਰਾਂਟਸ ਵੀ ਦਿੰਦੇ ਆ ਜੀ। ਜਦੋਂ ਉਹ ਗ੍ਰਾਂਟਸ ਦਿੰਦੇ ਆ ਜਿਵੇਂ ਅਸੀਂ ਇੰਡੀਆ ਦੇ ਵਿੱਚ ਆਏ ਅਸੀਂ 10% ਵੱਧ ਤੋਂ ਕੈਪ 'ਤੇ ਨਹੀਂ ਜਾ ਸਕਦੇ ਜੀ। ਹੁਣ ਜਿਵੇਂ ਪੰਨੂ ਸਾਹਿਬ ਨੇ ਪੁੱਛਿਆ ਵੀ ਹੋਰ ਕੰਟਰੀਆਂ ਦਾ ਕਿਵੇਂ, ਜਿਹੜੀਆਂ ਤਾਂ ਹਾਲੇ ਛੋਟੀਆਂ ਕਿਸੇ ਗ੍ਰਾਫ 'ਚ ਨਹੀਂ ਆਉਂਦੀਆਂ, ਜਿੰਨੀਆਂ ਦੀ ਪੁੱਛਗਿੱਛ ਨਹੀਂ ਹੁੰਦੀ ਉਹ ਵੱਖਰੀ ਗੱਲ ਹੈ, ਪਰ ਪਹਿਲਾਂ ਚਾਈਨਾ ਦੀ ਪੁੱਛਗਿੱਛ ਹੋਈ ਅਤੇ ਚਾਈਨਾ ਦੀ ਜਦੋਂ 2018 'ਚ ਹੋਈ ਅਤੇ 2019 'ਚ ਇੰਡੀਆ ਦੀ ਵੀ ਹੋ ਗਈ ਜੀ। ਸੋ ਜਿਹੜੀ ਪੈਨਲਟੀ ਲੱਗੀ ਹੈ ਚਾਈਨਾ ਨੂੰ ਉਹਦਾ ਕਾਫੀ ਜ਼ਿਆਦਾ ਲੱਗੀ ਜਦੋਂ ਉਹਨਾਂ ਦਾ ਟ੍ਰੇਡ ਜਿਹੜਾ ਸੀ ਘੱਟ ਕਰ ਦਿੱਤਾ, ਪਰ ਪਿਛਲੇ ਸਾਲ ਇੰਡੀਆ ਨੂੰ ਵੀ 260 ਜਿਹੜੀ ਮਿਲੀਅਨ ਡਾਲਰ ਦੀ ਅਮੈਰੀਕਨ ਨੇ ਇਹਨਾਂ 'ਤੇ ਪੈਨਲਟੀ ਲਾਈ ਹੈ ਵੀ ਕਈ ਇਹਨਾਂ ਦੇ ਜਿਹੜੇ ਪ੍ਰੈਫਰਡ ਏਰੀਆ ਆਫ ਟ੍ਰੇਡ ਸੀਗੇ ਉਹ ਬੰਦ ਕਰ ਦਿੱਤੇ। ਸੋ ਇਸ ਕਰਕੇ ਹੁਣ ਗੱਲ ਇਹ ਹੈ ਵੀ ਜਿਉਂ ਜਿਉਂ ਕੰਟਰੀਆਂ 'ਚ ਗਰੋਥ ਹੋ ਰਹੀ ਹੈ, ਇਕਾਨਮੀ ਬੈਟਰ ਹੋ ਰਹੀ ਹੈ, GDP ਵੱਧ ਰਹੀ ਹੈ, ਗ੍ਰਾਸ ਪ੍ਰੋਡਕਟ ਵੈਲਿਊ ਵੱਧਦੀ ਹੈ, ਇਨਫਰਾਸਟਰਕਚਰ ਬਣ ਰਹੇ ਆ, ਵੀ ਇਹਨਾਂ 'ਤੇ ਵੀ ਹੁਣ ਰਿਸਟ੍ਰਿਕਸ਼ਨ ਲਾਉਂਦੇ ਹੈ ਵੀ ਤੁਸੀਂ ਪੈਸੇ ਸਾਡੇ ਕੋਲੋਂ ਲੈਣੇ ਘੱਟ ਕਰੋ ਔਰ ਆਪਣੀਆਂ ਕੰਟਰੀਆਂ 'ਚੋਂ ਕੁਛ ਤੁਸੀਂ ਆਪਣੇ ਪੱਲਿਓਂ ਪਾਓ। ਸੋ ਇਹ ਚੀਜ਼ਾਂ ਬਹੁਤ ਲੰਮਾ ਚੌੜਾ ਕੰਮ ਹੈ, ਇਹ ਗੱਲ ਇਹਨਾਂ ਦੀ ਠੀਕ ਹੈ ਵੀ ਇਹ ਪਿਛਲੇ 30 ਸਾਲਾਂ ਤੋਂ ਇਹ ਕੰਮ ਇਹ ਚੱਲਦਾ ਸੀ, ਪਰ ਸ਼ੁਰੂ ਸ਼ੁਰੂ 'ਚ ਕੰਮ ਸਮੂਥ ਸੀਗਾ, ਉਦੋਂ ਕੰਟਰੀਆਂ ਡਿਵੈਲਪ ਨਹੀਂ। ਹੁਣ ਕਾਫੀ ਕੰਟਰੀਆਂ ਦੀ ਇਕਾਨਮੀ ਵੱਧ ਗਈ ਹੈ ਪਰ ਉਹ ਦੱਸਦੇ ਨਹੀਂ ਗੇ, ਉਹ ਡਿਸਟੋਰਟ ਕਰਕੇ ਫਿਗਰ ਦੱਸਦੇ ਆ। ਵਰਲਡ ਟ੍ਰੇਡ ਦਾ ਵੀ ਅਮੈਰੀਕਾ ਦਾ ਵੀ ਕੋਈ ਕਿਸੇ ਨਾਲ ਕੋਈ ਆਪਸ 'ਚ ਕੋਈ ਇਹੋ ਜਿਹੀ ਅਪੋਜੀਸ਼ਨ ਨਹੀਂ ਹੈ, ਪਰ ਜਸਟ ਟੂ ਕੀਪ ਇਟ ਟ੍ਰਾਂਸਪੇਰੈਂਸੀ, ਅਗਰ ਇੰਡੀਆ ਹੁਣ ਉਸ ਬੈਗ 'ਚੋਂ ਨਿਕਲੇਗਾ ਤਾਂ ਜਿਹੜੀਆਂ ਹੋਰ ਛੋਟੀਆਂ ਕੰਟਰੀਆਂ ਉਹ ਪੈਸੇ ਉਹਨਾਂ ਨੂੰ ਦੇਣਗੇ, ਸਾਨੂੰ ਸਾਰੇ ਦੁਨੀਆਂ ਨੂੰ ਅਪਲਿਫਟ ਕਰ। ਸੋ ਇਸ ਤਰ੍ਹਾਂ ਹਾਂਜੀ, ਬਹੁਤ ਸੋਹਣਾ ਬਾਜਵਾ ਸਾਹਿਬ, ਹੋਪਫੁਲੀ ਪੰਨੂ ਸਾਹਿਬ ਨੇ ਆਂਸਰ ਲਿਆ ਹੋਊਗਾ। ਬਾਜਵਾ ਸਾਹਿਬ, ਆਪਾਂ ਗ੍ਰੀਨ ਬਕਸ ਵੱਲ ਜਿਹੜੀ ਤੁਸੀਂ ਗੱਲ ਵਿੱਚ ਛੱਡੀ ਸੀਗੀ, ਹਾਂਜੀ, ਉੱਥੇ ਦੁਆਰਾ ਇੱਕ ਵਾਰ ਇੱਕ ਦੋ ਮਿੰਟਾਂ ਚਾਨਣਾ ਪਾਉਂਗੇ, ਉਦੋਂ ਬਾਅਦ ਆਪਾਂ PDS ਸਿਸਟਮ 'ਤੇ ਆਉਂਦੇ ਹਾਂ ਜੀ। ਹਾਂਜੀ, ਗ੍ਰੀਨ ਬਕਸ ਜਿਹੜੀਆਂ ਸਬਸਿਡੀਜ਼ ਹੈ ਇਹ ਉਹਦੇ ਵਿੱਚ ਜਿਵੇਂ USA, ਕੈਨੇਡਾ, ਯੂਰੋਪੀਅਨ ਯੂਨੀਅਨ ਜੀ, ਆਸਟ੍ਰੇਲੀਆ, ਇਹ ਪਰਮਿਟਿਡ ਸਬਸਿਡੀਜ਼ ਹੈ, ਮੈਂ ਚੰਗਾ ਲਫ਼ਜ਼ ਕਰ ਦੇਣਾ ਸੌਖਾ। ਇਹਨਾਂ ਦੀਆਂ ਜਿਹੜੀਆਂ ਸਬਸਿਡੀ ਜਦੋਂ ਲਿਖੀਆਂ ਗਈਆਂ ਉਹ ਉਦੋਂ ਦੀਆਂ ਨੇਸ਼ਨ ਸੀ, ਉਹ ਓਰੀਜਨਲ ਐਗਰੀਮੈਂਟ ਲਿਖਿਆ ਗਿਆ ਜੀ। ਇਹ ਜਿਹੜੀਆਂ ਹੈ ਦੇ ਕਮ ਅੰਡਰ ਪਰਮਿਟਿਡ, ਇਹ ਵਾਇਲੇਸ਼ਨ ਨਹੀਂ ਗੀ, ਪਰ ਇਹ ਬਹੁਤ ਜ਼ਿਆਦਾ ਹੈ। ਇਹ 90% ਆਫ ਐਗਰੀਗੇਟ ਮੈਜਰ ਸਪੋਰਟ ਆਫ ਦ ਪ੍ਰੋਡਿਊਸ ਆਫ ਦੇਅਰ ਕੰਟਰੀ, ਸੋ ਉੱਥੋਂ ਤੱਕ ਉਹ ਸਬਸਿਡਾਈ। ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਅਮੈਰੀਕਾ ਦੇ ਫਾਰਮਰ ਨੂੰ $26,000 ਤੱਕ ਪਰ ਈਅਰ ਉਹ ਮਿਲ ਜਾਂਦਾ, ਪਰ ਆਪਾਂ ਨੂੰ ਮਿਲਦਾ ਇੰਡੀਆ ਵਾਲਿਆਂ ਨੂੰ $260। ਸੋ ਇਹ ਇਹਨਾਂ 'ਤੇ ਕਿੰਤੂ ਪਰੰਤੂ ਅੱਜ ਦੇ ਦਿਨ 'ਚ ਵਰਲਡ ਟ੍ਰੇਡ ਦਾ ਹੈ ਨਹੀਂ, ਅੱਗੇ ਚੱਲ ਕੇ ਆਪਾਂ ਡਿਸਕਸ ਕਰਾਂਗੇ, ਕਿਉਂਕਿ ਚਾਈਨਾ ਅਤੇ ਇੰਡੀਆ ਇਹਨੂੰ ਇਸ ਗੱਲ ਨੂੰ ਮੂਵ ਕਰ ਰਿਹਾ, ਪਰ ਉਹ ਆਪਾਂ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਕਰਕੇ ਦੁਬਾਰਾ ਉੱਥੇ ਆਉਂਦੇ ਹਾਂ, ਕਿਉਂਕਿ ਗ੍ਰੀਨ ਬਾਕਸ ਵਾਲਿਆਂ ਨੂੰ ਵੀ ਦੂਜੀਆਂ ਕੰਟਰੀਆਂ ਇਹਨਾਂ ਦੇ ਅਗੇਂਸਟ ਹੁਣ ਰੌਲਾ ਪਾਉਣ ਲੱਗ ਗਈਆਂ। ਚਾਈਨਾ ਅਤੇ ਇੰਡੀਆ ਨੇ ਤਾਂ ਅਮੈਰੀਕਾ ਵਾਸਤੇ ਉਹਨਾਂ ਨੇ ਮੂਵ ਵੀ ਕੀਤਾ ਵੀ ਤੁਸੀਂ ਇਹਨੂੰ ਘਟਾਓ, ਕਿਉਂਕਿ ਸਭ ਤੋਂ ਜ਼ਿਆਦਾ ਤਾਂ ਤੁਸੀਂ ਗਲੋਬਲ ਮਾਰਕੀਟ ਨੂੰ ਡਿਸਟੋਰਟ ਕਰ ਰਹੇ ਜੇ। ਹੁਣ ਇੱਕ ਕੰਟਰੀ ਨੂੰ ਇੰਨੇ ਪੈਸੇ ਫਾਰਮਰ ਨੂੰ ਮਿਲ ਜਾਣ, ਉਹਦਾ ਪ੍ਰੋਡਿਊਸ ਦੀ ਕੀਮਤ ਤਾਂ ਆਪੇ ਹੀ ਘੱਟ ਹੋਣੀ ਜੀ, ਕਿਉਂਕਿ ਉਹਨੂੰ ਉਹ ਪੈਸੇ ਦੂਜੇ ਪਾਸਿਓਂ ਮਿਲ ਗਏ ਜੀ। ਜੀ ਜੀ, ਬਾਜਵਾ ਸਾਹਿਬ, ਆਪਣੇ ਕੋਲ ਟਾਈਮ ਹੁਣ ਕਰੀਬ ਕਰੀਬ 15 ਕੁ ਮਿੰਟ ਹੀ ਰਹਿ ਗਏ ਆ, ਆਪਾਂ ਬ੍ਰੇਕ ਵੀ ਲੈਣੀ ਥੋੜ੍ਹੀ ਜਿਹੀ ਵਿੱਚ। ਗੱਲ ਮੈਨੂੰ ਇਹ ਸਮਝਾਓ ਜਿੰਨੀ ਕੁ ਹੋ ਸਕਦੀ ਬ੍ਰੇਕ ਤੋਂ ਪਹਿਲਾਂ, 1-2 ਮਿੰਟ ਰਹਿ ਗਏ ਬ੍ਰੇਕ ਦੇ, ਕਿ ਜੇ ਆਹੀ ਕੰਟੀਨਿਊ ਰਿਹਾ, ਇੰਡੀਆ ਦੀ ਗੱਲ ਕਰ ਰਿਹਾ ਮੈਂ, ਬਾਕੀ ਕੰਟਰੀਆਂ 'ਚ ਤਾਂ ਸਿਸਟਮ ਕਿਸ ਨੇ ਕਿਸ ਤਰ੍ਹਾਂ ਐਗਜ਼ਿਸਟ ਕਰ ਰਿਹਾ ਆ, ਹਾਲਾਂਕਿ ਕਈ ਜਗ੍ਹਾ ਫੇਲੀਅਰ ਆ ਔਰ ਉਹਦੇ ਸਿੱਟੇ ਵੀ ਸਾਹਮਣੇ ਆਏ ਆ। PDS ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ, ਆਟਾ ਦਾਲ ਸਕੀਮ ਹੋ ਗਈ, ਇਹ ਉਹ ਹੋ ਗਈ, ਇਹਦਾ ਫਿਊਚਰ ਕੀ ਹੈ ਫਿਰ ਜੇ ਆਹੀ ਕੰਟੀਨਿਊ ਆਹੀ ਜਿਹੜਾ ਟ੍ਰੈਂਡ ਰਿਹਾ ਤਿੰਨੋਂ ਲਾ ਲਾਗੂ ਹੋ ਜਾਂਦੇ ਤਾਂ? PDS ਦਾ ਇਵੇਂ ਹੈ ਜੀ, 83% ਲੋਕ ਡਾਇਰੈਕਟਲੀ ਆਰ ਇਨਡਾਇਰੈਕਟਲੀ ਪਾਰਸ਼ਲੀ ਆਰ ਹੋਲੀ ਇਸ ਫੂਡ 'ਤੇ ਡਿਪੈਂਡੈਂਟ ਹੈ। ਇੱਕ ਤਾਂ ਇਹ ਗੱਲ ਹੈ, ਜੇ ਆਪਾਂ ਇਹਦੀ ਪੋਲੀਟੀਕਲ ਪਾਵਰ ਦੇਖਦੇ ਹਾਂ, ਇਹਨਾਂ ਨੂੰ ਟੋਟਲ ਤਾਂ ਨਹੀਂ ਛੱਡਣਗੇ ਮੇਰਾ ਖਿਆਲ, ਕੋਈ ਗੌਰਮੈਂਟ ਛੱਡ ਵੀ ਨਹੀਂ ਸਕਦੀ, ਕਿਉਂਕਿ PDS ਵਾਸਤੇ ਅਸੀਂ ਜਿਹੜਾ ਉਹ WTO ਹੈ ਜੀ, ਇੰਡੀਆ ਜਦੋਂ ਉਹਨਾਂ ਕੋਲ ਜਾ ਕੇ ਪਲੀਟ ਕਰਦਾ ਹੈ ਤਾਂ ਇਹ ਇੱਕ ਤਰੀਕਾ ਇਹਨਾਂ ਨੇ ਫਾਈਲ ਵੀ ਕੀਤਾ ਵੀ ਸਾਡੇ ਤਾਂ PDS ਬਹੁਤ ਹੈ, ਸਾਨੂੰ ਥੋੜ੍ਹੀ ਜਿਹੀ ਸਬਸਿਡੀ ਵੱਧ ਘੱਟ ਵੀ ਕਰਨ ਦਿਓ, ਇਹਨੂੰ ਇਹ ਟੋਟਲੀ ਬੰਦ ਨਹੀਂ ਕਰਨਗੇ। ਪਰ ਅੱਜ ਦੇ ਦਿਨ 'ਚ ਇਹਦਾ ਜਿਹੜਾ ਫਿਊਚਰ ਆ ਬੜਾ ਕਲੀਅਰ ਨਹੀਂ ਹੈ, ਕਿਉਂਕਿ ਪਹਿਲਾਂ FCI ਕਰਦੀ ਸੀ, ਗਵਰਨਮੈਂਟ ਕਰਦੀ ਸੀ, ਪਰ ਅੱਜ ਦੇ ਦਿਨ 'ਚ ਜਿਹੜੇ ਉਹ ਬਿੱਲ ਹੈ ਉਹਦੇ 'ਚ ਤਾਂ ਮੈਨੂੰ ਕਿਤੇ ਕਲੀਅਰ ਲੱਭਾ ਨਹੀਂ ਹੈ ਬਈ ਇਹਦੇ 'ਚ
ਤੁਸੀਂ ਚਿੰਤਾ ਨਾ ਕਰੋ ਬਾਕੀ ਜ਼ਬਾਨੀ ਗੁਲਾਮੀ ਦਾ ਕਹੀ ਜਾਂਦੇ ਆ ਜਿਵੇਂ ਜ਼ਿਮੀਦਾਰਾਂ ਨੂੰ ਕਹਿੰਦੇ ਆ ਤੁਹਾਡੀ ਇਨਕਮ ਵੀ ਵੱਧ ਜੂਗੀ PDS ਵੀ ਰਹਿ ਜੂ ਜੇ ਸਭ ਕੁਝ ਹੀ ਉਹੀ ਰਹਿਣਾ ਤੇ ਫਿਰ ਇਹਨਾਂ ਬਿੱਲਾਂ ਨੂੰ ਵੀ ਵਾਪਸ ਲੈ ਲਓ ਦੁਬਾਰਾ ਸਾਰੇ ਐਕਸਪਰਟ ਬਹਿ ਕੇ ਆਪਣੀ ਗੱਲਬਾਤ ਕਰ ਲੈਣਗੇ ਜੀ ਜੀ ਅਸੀਂ ਅਮੈਂਡਮੈਂਟ ਵੀ ਕਰ ਦੇਣੀ ਆ ਅਸੀਂ PDS ਵੀ ਰੱਖ ਲੈਣਾ ਅਸੀਂ ਮੰਡੀਆਂ ਵੀ ਰੱਖ ਲੈਣੀਆਂ ਤੇ ਫਿਰ ਇਹਨਾਂ ਬਿੱਲਾਂ ਨੂੰ ਵਾਪਸ ਲੈਣ 'ਚ ਤਾਂ ਕੋਈ ਹਰਜ ਨਹੀਂ ਹੈ ਕੋਈ ਹਰਜ ਨਹੀਂ ਕਿਉਂਕਿ ਲੋਕਾਂ ਦੀ ਆਵਾਜ਼ ਹੈ ਸੁਣਨੀ ਚਾਹੀਦੀ जी इस ना दो गल्लां मैं कहूँगा ब्रेक तो पहला बाजवा साहब जिदा तुसी कहा कि जवामी गुलामी तो सब कुछ चल रहा जिदा तुसी हुणी कहा सी कि इंडिया दे हर फार्मर नू $260 करीब करीब 20,000 रुपया या उस तो थोड़ा थले सबसिडी मिल रही है ये आंकड़िया के हिसाब न सही है पर बीइंग एक किसान फैमिली चाहता तुहानू लगता कि हर फार्मर नू इन्ना रुपये सबसिडी मिले ਜਿਹੜੀ ਬਿਜਲੀ ਪਾਣੀ ਜਿਹੜੀਆਂ ਹੋਰ ਚੀਜ਼ਾਂ ਨੇ ਇਹਨਾਂ ਨੂੰ ਐਡਜਸਟ ਕਰ ਲੈਂਦੀ ਆ ਗਵਰਨਮੈਂਟ ਉਹ ਤਾਂ ਫਿਰ ਉਹ ਹੋ ਗਈ ਨਾ ਚਲੋ ਆਪਾਂ ਉੱਧਰ ਨਹੀਂ ਜਾਂਦੇ ਚਲੋ ਕੋਈ ਗੱਲ ਨਹੀਂ ਅਤੇ ਦੂਸਰਾ ਗੱਲ ਹੈ ਜਿਹੜੀ ਆਉਂਦੀ TDS ਦੀ ਉਹਦੇ ਵਿੱਚ ਮੈਨੂੰ ਇੱਕ ਕੁਐਸਚਨ ਉੱਦਾਂ ਹੀ ਆ ਗਿਆ ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਕਿ ਇਹ ਆਟਾ ਦਾਲ ਸਕੀਮ ਵੀ ADS ਦੇ ਥਰੂ ਹੀ ਆਉਂਦੀ ਸੀ ਜੀ PDS ਹਾਂਜੀ ਅਤੇ ਫਿਰ ਆਹ ਜਿਹੜੀ ਕਈ ਨੇਤਾਵਾਂ ਦੀ ਜਿਹੜੀ ਵੋਟਾਂ ਦੇ ਕੋਲੋਂ ਆ ਕੇ ਥੋੜ੍ਹੀ ਰਾਜਨੀਤੀ ਕਰਨ ਦਾ ਕੰਮ ਹੋ ਜਾਂਦਾ ਸੀ ਵੀ ਆਹ ਇੰਨੇ ਇੰਨੇ ਮਹੱਲਿਆਂ ਨੂੰ ਇੰਨੇ ਇੰਨੇ ਪਿੰਡਾਂ ਨੂੰ ਆਟਾ ਦਾਲ ਮੈਂ ਦੇ ਦੇਣ ਫਰੀ ਇਹ ਹੋ ਜਾਣਾ ਵਾ ਉਹ ਰਾਜਨੀਤੀ ਵੀ ਖਤਮ ਹੋ ਜੂਗੀ ਨਾਲ ਨਾਲ ਫਿਰ ਇਹ ਤਾਂ ਜੀ ਕੋਈ ਹੋਰ ਰਾਹ ਲੱਭ ਲੈਣਗੇ ਨਹੀਂ ਉਹ ਉਹ ਵੱਖਰੀ ਗੱਲ ਹੈ ਹਰ ਲਾਲ ਇਹ ਵੈਸੇ ਵੀ ਇੱਕ ਹੈਂਡ ਚੋਂ ਕੱਢ ਕੇ ਪੈਸੇ ਦੂਜੇ ਹੈਂਡ 'ਚ ਪਾ ਦਿੰਦੇ ਆ ਮੈਂ ਵਿੱਚ ਇਹਨਾਂ ਦੇ ਵਿੱਚ 5-4 ਸਾਲ ਮੈਂ ਰਿਹਾ ਸੀ ਜੀ ਉਹ ਕੋਈ ਐਸੀ ਗੱਲ ਨਹੀਂ ਹੁੰਦੀ ਇਹ ਡਿਫਰੈਂਟ ਹੈਡ ਚੋਂ ਇਕੱਠੇ ਕਰਦੇ ਆ ਕਿਸੇ ਹੋਰ ਚਲਾ ਦਿੰਦੇ ਕਿਸੇ ਹੋਰ ਚਲਾ ਦਿੰਦੇ ਬਾਜਵਾ ਸਾਹਿਬ ਸਾਨੂੰ ਸਿਰਫ 1-1.5 ਮਿੰਟ ਦਿਓ ਆਪਾਂ ਬ੍ਰੇਕ ਲੈ ਕੇ ਤੁਹਾਡੇ ਫਿਰ ਜੁੜਦੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਦਰਸ਼ਕੋ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈ ਰਹੀ ਹੈ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹੋ ਜਸ ਪੰਜਾਬੀ ਤੇ ਸਵਾਗਤ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੈਟਫਾਰਮ ਦਰਸ਼ਕੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਵੀ ਓਨਾ ਹੀ ਪਿਆਰ ਦਿੰਦੇ ਹੋਵੋਗੇ ਜਿੰਨੇ ਜਸ ਪੰਜਾਬੀ ਦੇ ਬਾਕੀ ਦੇ ਪ੍ਰੋਗਰਾਮਾਂ ਨੂੰ ਅਤੇ ਮੈਂ ਤੁਹਾਡੇ ਰੂਬਰੂ ਨਾ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਆਪਣੇ ਨਾਲ ਬਣੇ ਹੋਏ ਨੇ ਡਾਕਟਰ ਇਸ਼ਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ ਬਹੁਤ ਹੀ ਚੰਗੀ ਤਰ੍ਹਾਂ WTO ਅਤੇ WTO ਦੇ ਜਿਹੜਾ ਫਾਰਮਰ ਆਪਣੇ ਜਿਹੜੇ 3 ਲਾਅਜ਼ ਨੇ ਉਹਨਾਂ ਬਾਰੇ ਆਪਾਂ ਨੂੰ ਸਮਝਾ ਰਹੇ ਹਾਂ ਉਹਨਾਂ ਦਾ ਫਿਰ ਸਵਾਗਤ ਕਰਦੇ ਹਾਂ ਹਾਂਜੀ ਬਾਜਵਾ ਸਾਹਿਬ ਸਵਾਗਤ ਜੀ ਤੁਹਾਡਾ ਫਿਰ ਅਤੇ ਆਪਾਂ ਮੇਰਾ ਨੈਕਸਟ ਕੁਐਸਚਨ ਇਹ ਹੈ ਕਿ ਬਾਜਵਾ ਸਾਹਿਬ ਜਿਹੜੀ ਐਗਰੀਕਲਚਰ ਜੇ 70% ਜਿਹੜੀ ਪੂਰੀ ਲੇਬਰ ਹੈ ਜਾਂ ਆਪਾਂ ਆਬਾਦੀ ਵੀ ਲੈ ਲਈਏ ਤਾਂ 70% ਰੂਰਲ ਏਰੀਏ 'ਚ ਆਉਂਦੀ ਮਤਲਬ ਕਿ 70% ਜਿਹੜੀ ਲੇਬਰ ਹੈ ਉਹ ਐਗਰੀਕਲਚਰ ਨਾਲ ਕਨੈਕਟਡ ਆ ਡਾਇਰੈਕਟਲੀ ਇਨਡਾਇਰੈਕਟਲੀ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਕਾਰਪੋਰੇਟ ਘਰਾਣਿਆਂ ਕੋਲ ਸਭ ਕੁਝ ਚਲਾ ਗਿਆ ਤਾਂ ਐਡੀ ਵੱਡੀ ਜਿਹੜੀ ਵਰਕਫੋਰਸ ਆ ਉਹਨੂੰ ਐਡਜਸਟ ਸਰਵਿਸ ਨੌਕਰੀਆਂ ਕਿਤੇ ਹੋਰ ਦੇ ਕੇ ਜਾਂ ਇੰਡਸਟਰੀ 'ਚ ਕਰਨਗੇ ਇਹ ਐਡਜਸਟਮੈਂਟ ਕਿੱਦਾਂ ਹੋਊਗੀ ਜੀ ਦੇਖੋ ਜੀ ਇਹ ਬੜਾ ਵੱਡਾ ਇਸ਼ੂ ਹੈ ਜਿਵੇਂ ਆਪਾਂ ਥੋੜ੍ਹੀ ਜਿਹੀ ਪਿਛਲੀ ਸੈਗਮੈਂਟ 'ਚ ਵੀ ਗੱਲ ਟੱਚ ਕੀਤੀ ਸੀ ਜੀ ਕਿ ਪਿਛਲੇ 20 ਸਾਲਾਂ 'ਚ ਜਿਹੜੇ ਆਂਕੜੇ ਹੈ ਕਿਉਂਕਿ ਕਾਫੀ ਲੋਕ ਐਗਰੀਕਲਚਰ ਡਿਸਪਲੇਸ ਹੋਏ ਛੋਟੇ ਫਾਰਮਰ ਸੀ ਵੇਚ ਗਏ ਫਾਰਮਿੰਗ ਲੋਕ ਛੱਡ ਗਏ ਅਤੇ ਉਹਨਾਂ ਨੂੰ ਟੋਟਲੀ ਐਡਜਸਟਮੈਂਟ ਨਹੀਂ ਹੋਈ ਔਰ ਇਸ ਲੇਬਰ 'ਚ ਇੱਕ ਹੋਰ ਵੀ ਚੀਜ਼ ਬੜੇ ਧਿਆਨ ਨਾਲ ਦੇਖਣਾ ਇਹ ਲੋਕ ਸਕਿੱਲਡ ਨਹੀਂ ਹੈ ਇਹਨਾਂ ਦੀ ਕੋਈ ਇਹ ਸਰਵਿਸ ਸੈਕਟਰ 'ਚ ਨਹੀਂ ਜਾ ਸਕਦੀ ਇਹ ਅੱਜ ਕੱਲ੍ਹ ਕੰਪਿਊਟਰਾਈਜ ਇੰਡਸਟਰੀ 'ਚ ਵੀ ਨਹੀਂ ਜਾ ਸਕਦੀ ਅੱਜ ਕੱਲ੍ਹ ਉਹ ਜਿਹੜੀ ਪੱਟ ਪਟਾਈ ਵਾਲਾ ਕੰਮ ਹੁੰਦਾ ਸੀ ਸੜਕਾਂ ਵਾਲਾ ਉਹ ਵੀ ਆਲਮੋਸਟ ਖਤਮ ਹੈ ਕਿਉਂਕਿ ਮਸ਼ੀਨਾਂ ਆ ਗਈਆਂ ਅੱਗੇ ਅਗਰ ਇਹਨਾਂ ਨੇ ਡਿਸਪਲੇਸ ਕਰਨਾ ਹੈ ਇਹਨਾਂ ਵਾਸਤੇ ਇਹਨਾਂ ਨੂੰ ਪਹਿਲਾਂ ਕੋਈ ਸਾਧਨ ਬਣਾਉਣਾ ਚਾਹੀਦਾ ਜੀ ਤਾਂ ਮੈਨੂੰ ਤਾਂ ਲੱਗਦਾ ਇਹ ਕਾਫੀ ਮੁਸ਼ਕਲ ਕੰਮ ਹੈ ਇਹ ਇਮੀਡੀਏਟਲੀ ਜਿਵੇਂ ਅੱਜ ਬਿੱਲ ਲਾ ਦਿੱਤੇ ਜਿਹੜੀ ਕਾਰਪੋਰੇਟ ਹੈ ਉਹ ਉਡੀਕ ਨਹੀਂ ਕਰੇਗੀ ਇੱਕ ਅਮੈਰੀਕਾ ਦੀ ਕੰਪਨੀ ਨੇ ਡੇਟਾ ਕੱਢਿਆ ਸੀ ਕਹਿੰਦਾ ਵੀ ਜਿਵੇਂ ਅਸੀਂ ਅਮੈਰੀਕਾ 'ਚ ਐਗਰੀਕਲਚਰ ਕਰਦੇ ਹਾਂ ਜੇ ਅਸੀਂ ਉਹ ਸਿਸਟਮ ਵਾਕਈ ਮਸ਼ੀਨਰੀ ਦਾ ਉੱਥੇ ਲਾ ਦਈਏ ਸਾਨੂੰ 4 ਕਰੋੜ ਬੰਦੇ ਚਾਹੀਦੇ ਸਿਰਫ ਸੋ ਸਾਰਾ ਇੰਡੀਆ ਦਾ ਜਿਹੜਾ ਕਰਾਪ ਸਿਸਟਮ ਹੈ ਸੋਇੰਗ ਹਾਰਵੈਸਟਿੰਗ ਸਭ ਕੁਝ ਹੋ ਜਾਏਗਾ 4 ਕਰੋੜ ਲੋਕ ਚਾਹੀਦੇ ਸਿਰਫ 4 ਕਰੋੜ ਤੁਸੀਂ ਆਪ ਦੇਖ ਲਓ ਵੀ ਇੰਨੇ ਲੋਕ ਆਪਣੇ 40-50 ਹਜ਼ਾਰ ਕਰੋੜ ਲੋਕ ਇਹਦੇ ਨਾਲ ਕੰਮ ਕਰਦੇ ਆ 30,000 ਕਰਦੇ ਹੋਣਗੇ ਕਿੱਧਰ ਜਾਣਗੇ ਸੋ ਇਹ 140 ਕਰੋੜ ਦੀ ਜੇ ਆਬਾਦੀ ਲਈ 70% ਬਣ ਜਾਂਦਾ ਜੀ ਕਰੀਬ ਕਰੀਬ 85 ਕਰੋੜ ਦੇ ਕਰੀਬ 85-86 ਕਰੋੜ ਲੋਕ ਬਣ ਜਾਂਦੇ ਆ ਵੀ ਉਹ ਐਡੀ ਵੱਡੀ ਅਨਇੰਪਲੋਇਮੈਂਟ ਲੈ ਕੇ ਕੰਟਰੀ ਜਾਊ ਕਿ ਇਸ ਪਾਸੇ ਬੜਾ ਬੜਾ ਚਿੰਤਾ ਦਾ ਵਿਸ਼ਾ ਜੀ ਹਾਂਜੀ ਬਾਜਵਾ ਸਾਹਿਬ ਹਾਂਜੀ ਇਹ ਮਤਲਬ ਇਹ ਜੀ ਥੋੜ੍ਹਾ ਜਿਹਾ ਇਹਦੇ 'ਚ
सोच विचार करने वाली गल है, काले पैन की लोड़ नहीं है, रिफॉर्म तो चाहिए हैं क्योंकि नवी चीज़ा जरूर करनी चाहिए, सानू एक अपने कंट्री के लिहाज का सिस्टम बनाना पेगा, साढ़े तो कापी किसी की पेस्ट नहीं हो सकती। राइट राइट, क्योंकि डायनामिकली कंट्री का सारा सिस्टम ही अड्ड अड्ड देशों नो उत्तों एड्डी वड्डी पापूलेशन है, कारण बहुत हो जाते कि आप अड किसी होर तरीके सोचना पेगा जे आप तीन ला अगे लैके वधदे आ। तां तुहानू लगता भाजो साहब कि बाओ की प्रैशर नू इंडिया गौरमेंट अजी फिर कहना जी जिदा जिहड़ा प्रैशर आ या दोनों पासों प्रैशर आ कि गौरमेंट किसी ना किस तरह इहनू बाओ करन की कोशिश करूगी? यह है जी, जे अगर मोदी सरकार की आप थोड़ी जी पिछले 6-7 साल का देखिए, क्योंकि इन्हों को बीजेपी को एबसोल्यूट मेजोरिटी हैगी है, गौरमेंट नू कोई बड़ा खतरा नहीं हुंदा, फिर भी जिवें वो दूजे ऑर्डिनेंस बिल हैंडल किए गए, जिवें CAA किया गया, NRC किया गया, जवाहर लाल जिहड़ी JN यूनिवर्सिटी शुरू की गई, 370 धारा की गई, नोटबंदी, GST, वो सारे के लोगों ने प्रोटेस्ट रौले पाए, पर गवर्नमेंट उस तो बदली नहीं। पर एक चीज़ और चोर है, वो जेडे इन्ने सी ना वो टोटल एड्डी वड्डी पापूलेशन नहीं सी, वो एक सैगमेंटड जहा काम सीगा, जम्मू कश्मीर एक स्टेट सी, तो पर जिवें हुण इहदे च लगता है भी जिहड़ी गवर्नमेंट है ये उन्नी सॉलिड नहीं है जिनी वो दूजे चीज़ों की, इतों ही पता लगता कि जिवें गवर्नमेंट कह रही है असीं अमेंडमेंट कर देंगे, कर देंगे, बहुत स्ट्रेंथ होंगी तो फिर थले नहीं आते जी। बाकी ये अगों एक होर चीज़ भी है भी दो बारी ये गवर्नमेंट थले आई भी सी, एक बार लैंड एक्विजिशन का काम चलिया सीगा, तो वो 2015 वो जो कांग्रेस ने कहा भी ये छूटड बोटड लोगों की है, उन्होंने भारत बंद किया, आवाज़ दी, ये थले आ गई, और एक बार वो जरा शड्यूल कास्ट के दूजियां का सुप्रीम कोर्ट का ऑर्डर से कोई उन्होंने अट्रोसिटी प्रिवेंशन वाला वो भी गवर्नमेंट होल्ड कर गई सी। पर अगों जो देखा जाए कि होर भी कारण है भी जिते वापस, मैं कि पढ़ता सी भी 1980 मार्गरेट थैचर ने लेबर यूनियन की उत्थे बड़ा काम खराब हो गया से इंग्लैंड च, तो वह बहुत स्ट्रोंोंग रही, तो उन्हें जी मैं भी पढ़िया सी, हाँ जी थोड़े दिन ही होए मैं पढ़िया, हाँ जी हाँ जी हाँ जी, वो लेबर यूनियन की उन्हें गल नहीं सी मनी, वह कारण है कि जिहड़ी उत्थों की मिडल क्लास सी जी दैट वॉज मोर कोहेरेंट, उदों जिहड़ी इंडस्ट्रीअल सैक्टर सर्विस सैक्टर वध रहा सी, लोग थोड़े स्किल सीगे, लेबर यूनियन सी वो अपना गल नहीं मना सी, पर जिहड़ी इंडिया की आ इंडिया की जिहड़ी पॉलिटिक्स है ये बड़ी सैगमेंटड है, इहदे विच धर्म है, इमोशन है, एरिया है, एथनीसिटी हैगी है, जिहड़ा दी लोकां दीआं परसनल सेंसिबिलिटीज है इशू ते, फिर कई साडे सोशल बैरियर है, और यह लगता है कि वैसे देखा जाए कि जे बीजेपी की बिल्कुल अगर स्ट्रेंथ में कोई खतरा नहीं, बेशक अगली बारी इलेक्शन भी जितना हो, पर जो लोग इन्ना प्रोटेस्ट करते हैं इन्हों का एक्चुअली देखना तो चाहिए भी यह सच्ची गल है, ये कोई अपने अड़न की लोड़ नहीं है, जिवें हुण सारी दुनिया कह रही है कि ये बिल इंडिया वास्ते ठीक नहीं रहेंगे, तो ये शायद सच्चाई है जी जी जी। भाई साहब अपने को टाइम 3 मिनट रह गया, मैं ना तुसी बहुत सोहना एलैबरेट किया हर चीज़ के उत्ते, हुण दर्शकों के कोई क्वेश्चन या कमेंट्स आउणगे आपां फिर किस दिन सैगमेंट रखांगे, हुण मैं आउट ऑफ दिस सबजैक्ट एक क्वेश्चन पूछना चाहुंदा हां, तुहाडे तों बैटर नहीं कोई दस सकदा हो सकदा, 2022 इलैक्शन पंजाब दे विच आउण वाला है, हर पार्टी आपदे पब्बां भा रहा किसी ने किसी तरह कोई पैर धरावा किया जाए, श्रोमणी अकाली दल की गल करिए तो पहल चक रहा है उम्मीदवार ऐलान दे विच, उन्होंने सारे तो पहला खेमकंड एरिए विरसा सिंह बलटोआ, हालांकि कुछ परिवार खिचता होने गल नहीं करते गए कि अफवाह हो या परिवार की गल नहीं करते, उस तो बाद उन्होंने अजनाले जा के तो फिर लेट, हालांकि इन्ना भारी विरोध से तलवंडी साबो दे विच जदों सरदार सुखबीर सिंह मत्था टेकन भी गए, वो बाद भी जीत महेंद्र सिंह सिद्धू जिहड़ा है उत्थों का उम्मीदवार ऐलान दिता गया, हालांकि एक अपने एक होर थाओं भी मेरे ख्याल उधर फरीदकोट के फिरोजपुर एरिए भी ऐलानिया गया है कि यह सारा कुछ करना पहल चकना उम्मीदवार ऐलानना श्रोमणी अकाली दल जिहड़ा है कोई पैर धरावा कर सकूगा एडे भारी विरोध तो बाद?
टू अर्ली है हाले दसण नूं। अगर अज दे हालात देखा जाए तो लगता तो यही है कि श्रोमणी अकाली दल की जिहड़ी पॉपुलैरिटी है डाउन है जी, आपस च इन्हां दी फ्रैगमेंटेशन है, काफ़ी इन्हां दे सीनियर लीडर हैं और खास करके ये जिहड़ा मालवे का रीजन है इत्थे इन्हां नूं कभी आपस च अपोजिशन नहीं सी आई। अपने ढीन साहब ग्रुप की उन्हां दे प्यो पुत्तां की अपोजिशन कुछ होर भी लीडर इन्हां तों खुश नहीं गए जी, हाले तां इन्हां दा काम रिस्की लगता है जी 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 जी। अर्ली अर्ली आलन नाल कोई फर्क नहीं पैना, हाले भी कोई गारंटीड नहीं है भाई सुखबीर सिंह जलालाबाद तो ही लड़ेगा, ही मैं गो बैक टू दड़बा। राइट 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 बाजवा साहब, तुसी टाइम कड्डा इन्ना सोहना एलैबोरेशन कीती हर चीज देते ते तुहाडा बहुत बहुत धन्यवाद बाजवा साहब। हाँ जी धन्यवाद जी, सत श्री अकाल सारे दर्शकों का भी धन्यवाद, धन्यवाद बाजवा साहब। दर्शकों सन डॉक्टर रिशपाल सिंह बाजवा अपने नाम जुड़े शिकागो तो बकायदा तौर पर बहुत ही सोहना एलैबोरेशन किया। उस बाद जो थोड़े कोई क्वेश्चन होए तुम सूँ मैसेज करो info@justbroadcasting.com पर, तो असी कोशिश करा तो रूबरू फिर कोई होर हस्ती लैके आईए। बाजवा साहब चढ़ूनी साहब डेफिनेटली आप उन्होंने लैके आवेंगे तो सारे जोड़े क्वेश्चन थोड़े हल करा। एंड मीनवाइल दर्शकों अपना बहुत ख्याल रखना क्योंकि कोरोना महामारी फिर पैर पसार रही एक नवे रूप दे विच, सोशल डिस्टेंसिंग ते लोकल गवर्नमेंट्स दी गाइडलाइनस फॉलो करते रहना। तो आप किसी होर प्रोग्राम च अगले हफ्ते फिर मिलते हैं। मैनू गुरलाल नूं दिओ इजाजत, मेरे वालों सारयां नूं प्यार भरी सत श्री अकाल, नमस्कार, आदाब ते शब्बा खैर।